ਸੀ ਵੈਰੀ ਇੰਟਰਸਟਿੰਗ ਥਿੰਗ ਹੈ ਹਸਪੀਟਲਸ ਦਾ ਕਲਰ ਜਨਰਲੀ ਹਾਰਟ ਹਸਪੀਟਲਸ ਦਾ ਹਰੇ ਰੰਗ ਦਾ ਹੀ ਹੈ ਬਿਕੋਜ਼ ਇਟਸ ਗਾਟ ਟੂ ਡੂ ਦ ਹੀਲਿੰਗ ਆਫ ਦਾ ਹਾਰਟ ਔਰ ਇਸੇ ਕਰਕੇ ਜਦੋਂ ਤੁਸੀਂ ਹਾਰਟ ਚੱਕਰਾਂ ਨੂੰ ਕਿਉਰ ਵੀ ਕਰਦੇ ਹੋ ਤਾਂ ਗ੍ਰੀਨ ਐਵੈਂਚਰ ਆਇੰਦਾ ਜਿਹੜਾ ਸਟੋਨ ਹੈ ਹਨਾ ਉਹਦਾ ਸਿਰਫ ਹਾਰਟ ਜਿਹੜਾ ਉਹ 40% ਕੰਮ ਕਰ ਰਿਹਾ ਐ ਐਸੋ ਨਾ ਐਸੋ ਉਹ ਆਪਣੇ ਕੋਲ ਗ੍ਰੀਨ ਇਵੈਂਚੁਰਾ ਇਨ ਰੱਖਦਾ ਤੇ ਉਹ 60% ਤੱਕ ਹੋ ਜਾਂਦਾ ਯੈਸ ਦੈਟ ਇਜ਼ ਟਰੂ ਇਹ ਮੇਰਾ ਪਰਸਨਲ ਐਗਜ਼ਾਮਪਲ ਵੀ ਰਿਹਾ ਬਿਕਾਜ਼ ਮੈਂ ਰੇਕੀ ਕਰਦੀ ਰਹੀ ਹਾਂ ਸਿንስ 2010 ਉਹ 14 ਸਾਲ ਹੋ ਚੁੱਕੇ ਨੇ ਐਂਡ ਇੱਕ ਬੰਦਾ ਐ ਤੇ ਐਸੋ ਇਸ ਤਰੀਕੇ ਨਾਲ ਪ੍ਰੋਬਲਮ ਆਈ ਸੀ ਬਲੋਕੇਜ ਇਸ ਤੇ ਹਾਰਟ ਤੇ ਬੰਦਾ ਪਰਸਨ ਕੇਮ ਟੂ ਮੀ ਮੈਂ ਟਰਸਟ ਮੀ ਮਤਲਬ ਤੁਮ ਨੂੰ ਲੱਗੇਗਾ ਮੈਂ ਐਵੇਂ ਹੀ ਲਫਾਫੇ ਮਾਰ ਰਹੀ ਹਾਂ ਬਟ ਜੋ ਰਿਐਲਿਟੀ ਐ ਉਹ ਦੱਸ ਰਹੀ ਹਾਂ ਉਹ ਬੰਦੇ ਨੂੰ ਮੈਂ ਰੇਕੀ ਦਿੱਤੀ ਵਿਦ ਗ੍ਰੀਨ એનર્ਜੀ ਓਨਲੀ ਅਣ ਜਦੋਂ ਉਹਨੇ ਜਾ ਕੇ ਆਪਣੇ ਟੈਸਟ ਕਰਾਇਆ ਹਾਰਟ ਦੇ ਉਥੇ ਆਲਮੋਸਟ 90% ਬਲੋਕੇਜਸ ਵੋ ਕਲੀਅਰਡ ਫ্রম ਦਾ ਹਾਰਟ ਸੋ ਦੈਟ ਇਜ਼ ਟਰੂ ਦੈਟ ਅਗਰ ਅਸੀਂ ਚੱਕਰਾਸ ਦੇ ਹਿਸਾਬ ਨਾਲ ਉਹਨੇ ਉਹ ਹੀ ਕਲਰਸ ਯੂਜ਼ ਕਰਕੇ ਰੇਕੀ ਦਉਗੇ ਉਹਦਾ ਇਫੈਕਟ ਮੈਗਨੀਫਾਈ ਹੋ ਕੇ ਲੱਗੂਗਾ ਇਨਸਾਨ ਨੂੰ ਇਟਸ ਐਗਜੈਕਟਲੀ ਤਾਂ ਜਦੋਂ ਇੱਕ ਰੇਕੀ ਮਾਸਟਰ ਜਿਹੜਾ ਹੈ ਉਹ healing ਦਿੰਦੇ ਹੋਏ ਮਹਿਸੂਸ ਕਰਦਾ ਹੈ ਵੀ ਇਹਦੇ ਤੇ ਨੈਗੇਟਿਵ એનર્ਜੀ ਹੈ ਇਹਦੇ ਤੇ ਬਲੈਕ ਮੈਜਿਕ ਹੈ ਇਹਦੇ ਤੇ ਸਪਿਰਿਟ ਹੈ ਤਾਂ ਤੁਸੀਂ ਕਿਵੇਂ ਡਿਫਰੈਂਸ਼ੀਏਟ ਕਿਵੇਂ ਕਰਦੇ ਹੋ ਐਂਡ ਹਾਊ ਯੂ ਰੈਕਗਨਾਈਜ਼ ਦ ਸੇਮ ਅ ਸੀ ਰੇਕੀ ਜੋ ਦੋਸਤ ਸਾਡੀ ਟ੍ਰੇਨਿੰਗ ਹੁੰਦੀ ਹੈ ਪਹਿਲੇ ਤਾਂ ਸੈਲਫ ਹੀਲਿੰਗ ਵਾਲਾ ਪ੍ਰੋਸੈਸ ਆ ਗਿਆ ਲੈਵਲ 1 ਹੁੰਦਾ ਹੈ ਲੈਵਲ 2 ਜਦੋਂ ਅਸੀਂ ਕਰਦੇ ਹਾਂ ਦੈਟ ਯੂ ਕੈਨ ਹੀਲ ਪੀਪਲ ਥਰੂ ਟੱਚ ਜਦੋਂ ਟੱਚ ਨਾਲ ਬੰਦੇ ਨੂੰ ਮਹਿਸੂਸ ਕਰਦੇ ਅਗਰ 21 ਦਿਨ ਉਹ ਪ੍ਰੋਸੈਸ ਅਸੀਂ ਸਿੱਦਤ ਨਾਲ ਕੀਤਾ ਹੈ ਥੇਨ ਤੁਹਾਡੇ ਬੋਡੀ ਚ ਹੀ ਉਹ ਆਰਾ ਆ ਜਾਂਦਾ इजीली ਤੁਸੀਂ ਸੈਂਸ ਕਰ ਸਕਦੇ ਹੋ ਬੰਦੇ ਤੇ ਅਗਰ ਨੈਗੇਟਿਵ એનર્ਜੀ ਬਹੁਤ ਜ਼ਿਆਦਾ ਹੈ ਯੂ ਵਿਲ ਫੀਲ ਦੈਟ ਤੁਹਾਡੀ ਬੋਡੀ ਗਰਮ ਹੋ ਰਹੀ ਉਲਟਾ ਹੁੰਦਾ ਹੈ ਤੇ ਗੂਸਬੰਮਸ ਆਉਣ ਲੱਗ ਜਾਂਦੇ ਹੁੰਦਾ ਬੋਡੀ ਤਾਂ ਤੁਹਾਨੂੰ ਪਤਾ ਚੱਲ ਜਾਂਦਾ ਹੈ ਬੰਦੇ ਤੇ ਨੈਗੇਟਿਵ એનર્ਜੀ ਜ਼ਿਆਦਾ ਹੈ ਜਾਂ ਬੰਦੇ ਤੇ એનર્ਜੀ ਹੀ ਬਹੁਤ ਜ਼ਿਆਦਾ ਹੈ ਵਿਚ ਨੀਡਸ ਟੂ ਬੀ ਯੂ نو ਡੈਲਟ ਵਿਦ ਪੋਜ਼ਿਟਿਵ ਤਰੀਕੇ ਨਾਲ ਜਦੋਂ ਇੱਕ ਰੇਕੀ ਮਾਸਟਰ ਹੀਲਿੰਗ ਕਰਦਾ ਹੈ ਮੰਨ ਲਓ ਵੀ ਆਪਾਂ ਕਹਿੰਦਾ ਵੀ ਅਸੀਂ ਤੁਹਾਨੂੰ ਰੇਕੀ ਦੇਤੀ ਤੇਰੇ ਕੋਲ ਗੁੱਡ ਵਾਈਬ੍ਰੇਸ਼ਨਸ ਆ ਗਈਆਂ ਜਾਂ ਪਿਉਰੀਫਾਈ ਕਰਤਾ ਅਸੀਂ ਤੇਰੇ ਔਰਾ ਨੂੰ ਤੇ ਇਸ ਤੋਂ ਉਲਟ ਜੇ ਕੋਈ ਬੰਦਾ ਖਾਏ ਵੀ ਮੈਨੂੰ ਦਿਖਾਓ ਤਾਂ ਕਈ ਵਾਰੀ ਜਦੋਂ ਰੇਕੀ ਮਾਸਟਰ ਉਹ ਟਾਵਲ ਦੇ ਨਾਲ ਹੀਲਿੰਗ ਕਰਦੇ ਆ ਤਾਂ ਨਿਚੋੜਦੇ ਆ ਤਾਂ ਪਾਣੀ ਕਾਲਾ ਹੋ ਜਾਂਦਾ ਹੈ ਇਹ ਕਿਦਾਂ ਟਾਵਲ ਕਾਲਾ ਹੋਣ ਲੱਗ ਜਾਂਦਾ ਪਾਣੀ ਜਿੱਚ ਤੁਸੀ ਨਿਚੋੜੋਗੇ ਉਹ ਡਰਟ ਉਜਾ ਉਹਰਾ ਹੈ ਤੁਹਾਡਾ 네ਗੇਟਿਵ ਆਰਾ ਉਹਦੇ ਵਿੱਚ ਆ ਜਾਂਦਾ ਸੈਮੀ ਪ੍ਰੇਸ਼ੀਅਸ ਸਟones ਉਹ ਮਾਰਕੀਟ ਚ ਅਵੇਲੇਬਲ ਨੇ ਤਾਂ ਮੈਨੂੰ ਕਈ ਵਾਰ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਵੀ ਉਹ ਨੇਗਡ ਹੱਥਾਂ ਨਾਲ ਹੀ ਉਹਨੂੰ ਚੱਕੀ ਜਾਣਗੇ ਕੋਈ ਵੀ ਜਾ ਕੇ ਪਾ ਲੇਗਾ ਤੇ ਉਹ ਜਾਂ ਤਾਂ ਫਿਰ ਕ੍ਰਿਸਟਲ ਹੀ ਫੇਕ ਹੁੰਦੇ ਨੇ ਔਰ ਉਹ ਬੜੇ ਮੈਨੂੰ ਲੱਗਦਾ ਕੋਈ 90 ਰੁਪਏ ਦਾ ਕੋਈ 100 ਰੁਪਏ ਦਾ 200 ਰੁਪਏ ਦਾ ਕੀ ਇਹ ਬਾਕੀ ਇਹਨੇ ਸਸਤੇ ਆ ਸੋਸ ਆ ਵੈਰੀ ਗੁੱਡ ਕੁਐਸਚਨ ਐਕਚੁਅਲੀ ਬਿਕਾਜ਼ ਕ੍ਰਿਸਟਲ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਬਿਕਾਜ਼ 90% ਪੀਪਲ ਕ੍ਰਿਸਟਲ ਦੇ ਨਾਂ ਤੇ ਸਿਰਫ ਗਲਾਸ ਵੇਚ ਰਹੇ ਨੇ ਇੱਕ ਤਾਂ ਕ੍ਰਿਸਟਲ ਦੀ ਜੋ ਰਿਫ੍ਰੈਕਸ਼ਨ ਹੁੰਦੀ ਉਹ ਦ ਕਵਾਲਿਟੀ ਆਫ ਕ੍ਰਿਸਟਲ ਕੋਈ ਕ੍ਰਿਸਟਲ ਜੋ ਚੰਗੀ ਕੁਆਲਿਟੀ ਦਾ ਹੈ ਤੁਹਾਨੂੰ 90 100 ਰੁਪਏ 'ਚ ਮਿਲੇਗਾ ਇਟਸ ਇਨ ਹਜ਼ਰਡਸ ਰਾਈਟ ਐਂਡ ਜਿੰਨਾ ਹਾਇਰ ਪ੍ਰਾਈਸ ਹੈ ਉਹਨਾਂ ਬੈਟਰ ਤੇ ਕਲੀਅਰ ਕ੍ਰਿਸਟਲ ਹੋਗਾ ਐਗਜ਼ੈਕਟਲੀ ਜਿਵੇਂ ਡਾਇਮੰਡ ਦੀ ਰਿਫ੍ਰੈਕਸ਼ਨ ਹੁੰਦੀ ਹੈ ਕੁਝ ਲੋਕ ਨੇ ਜਿਹੜੇ ਅੱਜਕੱਲ ਰੇਕੇ ਦੇ ਨਾਂ ਤੇ ਜਿਨ੍ਹਾਂ ਨੇ ਇੱਕ ਬਿਜ਼ਨਸ ਬਣਾ ਲਿਆ ਤਾਂ ਉਹ ਲੋਕਾਂ ਨੂੰ ਲੁੱਟਖੋ ਵੀ ਕਰਦੇ ਆ ਜਾਂ ਖਾਸੇ ਵਾਲੀ ਗੱਲ ਹੈ ਵੀ ਉਹ ਪੋਡਕਾਸਟ ਵੇਚਣ ਲੱਗੇ ਬਹੁਤ ਜ਼ਿਆਦਾ ਵਾਰ-ਵਾਰ ਲੋਕਾਂ ਨੂੰ ਐਵੇਂ ਕਰਨਾ ਜਾਂ ਆਪਣਾ ਕਿਤੇ ਪੈਸੇ ਦੇ ਕੇ ਪ੍ਰੋਗਰਾਮ ਪਾਰਟਿਕੁਲਰਲੀ ਸ਼ੁਰੂ ਕਰ ਲੈਣਾ ਮਤਲਬ ਇਹ ਵੀ ਉਦਾਂ ਹੀ ਹੈ ਵੀ ਜਿੰਨਾ ਦਿਖੋਗੇ ਓਤਨਾ ਵਿਕੋਗੇ 99.9% ਬੰਦਿਆਂ ਨੂੰ ਆਂਦਾ ਹੀ ਨਹੀਂ ਹੈ process it is very unfortunate ਉਹ ਦਾਵਾ जरूर ਕਰਦੇ ਹੁੰਦੇ ਹੀ ਨਹੀਂ and ਮੈਂ ਇਸ ਤਰ੍ਹਾਂ ਦੇ ਕੇਸਿਸ ਦੇਖੇ ਇਨਕਸਪੀਰੀਅੰਸ ਬੰਦੇ ਕਰ ਰਹੇ ਨੇ ਬੰਦੇ ਨੂੰ ਸਬਕੌਨਸ਼ੀਅਸ ਲੈਵਲ ਤੇ ਪਾ ਕੇ ਉਹਨੂੰ ਬਾਹਰ ਹੀ ਨਹੀਂ ਕੱਢਣਾ ਆਂਦਾ ਟੂ ਕਮ ਬੈਕ ਟੂ ਦਾ ਕੌਨਸ਼ੀਅਸ ਐਵੇਂ ਦੇ ਕੇਸਿਸ ਵੀ ਹੋ ਚੁੱਕੇ ਨੇ ਸੋ ਮੈਂ ਤਾਂ ਲੋਕਾਂ ਨੂੰ ਇਹ ਕਾਵਾਂਗੀ ਪਹਿਲੇ ਬੰਦਿਆਂ ਦੀ ਸਰਟੀਫਿਕੇਸ਼ਨ ਦੇਖੋ ਡਿਗਰੀਆਂ ਦੇਖੋ authenticity ਦੇਖੋ ਤਦ ਹੀ ਜਾਓ ਟੂਵਰਡਸ ਹਿਪਨੋਟਿਸਮ ਇਸ ਬ੍ਰਹਿਮੰਡ ਵਿੱਚ ਜੋ ਕੁਝ ਵੀ ਹੈ ਉਹ ਸਾਰਾ ਕੁਝ ਕੈਲਕੂਲੇਸ਼ਨ ਦੇ ਨਾਲ ਚੱਲਦਾ ਹੈ ਹਰੇਕ ਚੀਜ਼ ਦਾ ਇੱਕ ਮੁਕੰਮਲ ਹਿਸਾਬ ਕਿਤਾਬ ਹੈ ਇਹ ਉਦਾਂ ਹੀ ਹੈ ਜੇਕਰ ਅਸੀਂ ਇੱਕ ਚਮਚ ਚੀਨੀ ਦਾ ਖਾਵਾਂਗੇ ਉਹ ਸਾਡਾ 슈ਗਰ ਦਾ ਲੈਵਲ ਵਧਾ ਘਟਾ ਸਕਦਾ ਹੈ ਇਹ ਉਸੇ ਤਰ੍ਹਾਂ ਹੈ ਜਿਵੇਂ 24 ਘੰਟੇ ਦੇ ਵਿੱਚ ਹੀ ਧਰਤੀ ਜਿਹੜੀ ਹੈ ਉਹ ਆਪਣਾ ਇੱਕ ਚੱਕਰ ਆਪਣੇ ਦੁਆਲੇ ਮੁਕੰਮਲ ਕਰਦੀ ਹੈ ਔਰ ਜੇਕਰ ਪਰਮਾਤਮਾ ਨੇ ਪਰਵਰਦੀگار ਨੇ ਇਹਨਾਂ तमाम ਚੀਜ਼ਾਂ ਨੂੰ ਇੱਕ ਪਾਰਟਿਕੂਲਰ ਤਰੀਕੇ ਦੇ ਨਾਲ ਨਾ ਬਣਿਆ ਹੋਵੇ ਤਾਂ ਸਾਰਾ ਕੁਝ ਤਹਿਸ ਨਹਿਸ ਹੋ ਜਾਏਗਾ ਹੋ ਸਕਦਾ ਵੀ ਸੰਸਾਰ ਦਾ ਸਾਰਾ ਪਾਣੀ ਦੁਨੀਆ ਨੂੰ ਤਹਿਸ ਨਹਿਸ ਕਰ ਦੇਵੇ ਹੋ ਸਕਦਾ ਹੈ ਜਿਹੜੇ ਪਲੈਨੈਟਸ ਨੇ ਉਹ ਆਪਸ ਦੇ ਵਿੱਚ ਲੜਪੜ ਕੇ ਇੱਕ ਐਕਸਪਲੋਸ਼ਨ ਹੋ ਜਾਵੇ ਸੋ ਸਾਰਾ ਕੁਝ ਖਤਮ ਹੋ ਸਕਦਾ ਹੈ ਸੋ ਹਰੇਕ ਤਰੀਕੇ ਨਾਲ ਉਹਨਾਂ ਨੂੰ ਇੱਕ ਕੈਲਕੂਲੇਟਿਵ ਮੈਨਰ ਦੇ ਨਾਲ ਇੱਕ ਤਰੀਕੇ ਦੇ ਨਾਲ ਵਚਨਬੱਦ ਜਿਹੜਾ ਹੈ ਉਹ ਕੁਦਰਤ ਨੇ ਕੀਤਾ ਹੋਇਆ ਹੈ ਸੋ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ ਤਾਂ ਇਹ ਵੀ ਕਿਤੇ ਨਾ ਕਿਤੇ ਵਾਈਬ੍ਰੇਸ਼ਨ ਦੇ ਜ਼ਰੀਏ ਤੁਹਾਡੇ ਤੱਕ ਪਹੁੰਚ ਰਹੀ ਹੈ 사ઉન્ડ ਦੀ ਆਪਣੀ ਫ੍ਰੀਕੁਐਂਸੀ ਹੈ ਵਾਈਬ੍ਰੇਸ਼ਨ ਹੈ ਇਸੇ ਤਰ੍ਹਾਂ ਹਰੇਕ ਬੰਦੇ ਦਾ ਇੱਕ ਔਰਾ ਹੁੰਦਾ ਸੋ ਉਸ ਨੂੰ ਦੇਖ ਕੇ ਅਸੀਂ ਇਹ ਕਿਆਸ ਲਾ ਸਕਦੇ ਹਾਂ ਵੀ ਇਹ ਤੋਂ ਸਾਨੂੰ ਗੁੱਡ ਵਾਈਬਸ ਆ ਰਹੀਆਂ ਜਾਂ ਬੈਡ ਵਾਈਬਸ ਆ ਰਹੀਆਂ ਜ਼ਰੂਰੀ ਨਹੀਂ ਹੈ ਕਿ ਸਾਨੂੰ ਮਿਲਣ ਵਾਲਾ ਹਰੇਕ ਹੀ ਵਿਅਕਤੀ ਸਾਡੇ ਵਾਸਤੇ ਪੋਜ਼ਿਟਿਵ ਹੋਵੇ ਹੋ ਸਕਦਾ ਹੈ ਮੇਰੀ ਜੇ ਕਿਸੇ ਨਾਲ ਬਣ ਰਹੀ ਹੈ ਤਾਂ ਸ਼ਾਇਦ ਤੁਹਾਡੀ ਉਸ ਦੇ ਨਾਲ ਨਾ ਬਣੇ ਹੋ ਸਕਦਾ ਤੀਸਰੇ ਬੰਦੇ ਦੀ ਸਾਡੇ ਦੋਨਾਂ ਨਾਲ ਬਣ ਜਵੇ ਸੋ ਔਰਾ ਤੇ ਵਾਈਬ੍ਰੇਸ਼ਨ ਜਿਹੜੀ ਹੈ ਇਟ ਵੇਰੀਜ਼ ਫਰਮ ਪਰਸਨ ਟੂ ਪਰਸਨ ਸੋ ਇਸੇ ਤਰੀਕੇ ਨਾਲ ਇਹ तमाम ਜਿਹੜਾ ਖੇਡ ਹੈ ਉਹ ਕੁਦਰਤ ਨੇ ਰਚਾਇਆ ਹੈ ਔਰ ਜਦੋਂ ਅਸੀਂ ਔਰਾ ਤੇ ਵਾਈਬ੍ਰੇਸ਼ਨਸ ਦੀ ਰੀਡਿੰਗਸ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਉਹ ਸਭ ਤੋਂ ਆਲਾ ਦਰਜੇ ਤੇ ਰੇਕੀ ਦੀ ਸਟਡੀ ਆਉਂਦੀ ਹੈ ਔਰ ਉਸ ਦੇ ਅੱਜ ਆਲਾ ਤਰੀਨ ਮਾਸਟਰ ਸਾਡੇ ਨਾਲ ਡਾਕਟਰ ਨਾਨਿਕਾ ਸਿੰਘ ਮੌਜੂਦ ਹੈ ਸੋ ਮੈਂ ਜਿੰਨਾ ਹੈ ਪ੍ਰੋਗਰਾਮ ਦੀ ਭੂਮਿਕਾ ਬਣੀ ਹੈ ਉਸ ਨੂੰ ਇਲਾਬੋਰੇਟਰੀ ਸਾਡੇ ਨਾਲ ਇੱਥੇ ਬੈਠ ਕੇ ਕਰਨਗੇ ਬਹੁਤ ਬਹੁਤ ਸਵਾਗਤ ਹੈ ਦਾਨ ਮਿਊਟ ਦੇ ਸਟੂਡੀਓਸ ਵਿੱਚ ਤੁਹਾਡਾ ਮੈਮ ਥੈਂਕ ਯੂ ਸੋ ਮੱਚ ਮੈਮ ਸੇਮੈਂ ਬਿਗਿਨ ਕਰਦੀ ਆ ਰੇਕੀ ਹੈ ਕਿ ਇਹ ਲਾਈਕ ਮੈਮ ਜਿੱਥੇ ਮੈਮ ਨੇ ਛੱਡਿਆ ਮੈਂ ਉੱਥੋਂ ਹੀ ਕੰਟੀਨਿਊ ਕਰਾਂਗੀ that ਅਸੀਂ ਆਲ એનર્ਜੀ ਤੇ ਮੈਟਰ ਤੇ ਬਣਿਆ ਯੂਨੀਵਰਸ એનર્ਜੀ ਹੀ ਹੈ ਜੋ એનર્ਜੀ ਅਸੀਂ ਯੂਨੀਵਰਸ ਨੂੰ ਦੇ ਦਾਂਗੇ ਉਹੀ એનર્ਜੀ ਸਾਡੇ ਕੋਲ ਵਾਪਸ ਆਂਦੀ ਹੈ ਰਾਈਟ ਐਂਡ ਉਹ ਉਹਦੇ ਤੋਂ ਹੀ ਤੁਹਾਡੀ એનર્ਜੀ ਬਣਦੀ ਹੈ ਉਹਦੇ ਤੋਂ ਹੀ ਤੁਹਾਡੀ ਫ੍ਰੀਕੁਐਂਸੀ ਬਣਦੀ ਹੈ ਤਾਂ ਉਹਦੇ ਤੋਂ ਹੀ ਤੁਹਾਡਾ ਔਰਾ ਕ੍ਰੀਏਟ ਹੁੰਦਾ ਹੈ ਰੇਕੀ ਵੀ ਉਸੇ ਪੈਟਰਨ ਤੇ ਹੀ ਤੁਰਦੀ ਹੈ ਇਹ ਆਲਟਰਨੇਟਿਵ ਕੰਪਲੀਮੈਂਟਰੀ ਹੀਲਿੰਗ ਹੈ ਇਹ ਜਪਾਨੀਸ ਟੈਕਨੀਕ ਹੈ ਜਿਹਦਾ ਮਤਲਬ ਇਹ ਹੈ ਅਸੀਂ ਇਹ ਬੌਚ ਨਹੀਂ ਕਰਦੇ ਕਿ ਅਸੀਂ ਰੇਕੀ ਕਰਾਂਗੇ ਤਾਂ ਹਰ ਬੰਦਾ ਠੀਕ ਹੋ ਜਾਊਗਾ ਇਹਦਾ ਮਤਲਬ ਇਹ ਹੈ ਕਿ ਅਗਰ ਕੋਈ ਬੰਦਾ ਬਿਮਾਰ ਹੈ ਕਿਸੇ ਨੂੰ ਕੋਈ ਮੈਂਟਲ ਪ੍ਰੋਬਲਮ ਹੈ ਫਿਜ਼ੀਕਲ ਪ੍ਰੋਬਲਮ ਹੈ ਅਸੀਂ ਇੱਕ ਅਸਿਸਟਿਵ એનર્ਜੀ ਉਹਨੂੰ ਦੇਣੇ ਆ ਜਿਹਦੇ ਨਾਲ ਉਹਦੀ એનર્ਜੀ ਦੀ ਹੀਲਿੰਗ ਜਲਦੀ ਹੋ ਜਾਂਦੀ ਹੈ ਐਂਡ ਇਹ ਤੁਹਾਡੇ ਸਰੀਰ ਤੇ ਡਿਪੈਂਡ ਕਰੂਗੀ ਕਿੰਨਾ ਤੁਸੀਂ ਰਿਸੀਵ ਕਰਦੇ ਹੋ ਤੁਹਾਡਾ ਔਰਾ ਕਿਦਾਂ ਦਾ ਹੈ ਕਿਸ ਤਰੀਕੇ ਨਾਲ ਤੁਸੀਂ ਰਿਸੈਪਟਿਵ ਹੋ ਉਸ ਚੀਜ਼ ਨੂੰ ਲੈਣ ਲਈ रेकी mm -hmm. की एक बहुत इंटरेस्टिंग हिस्टरी है मैं ज़्यादा नहीं गल कराँगी बट जस्ट एक बेसिक जो हिस्टरी है डॉक्टर मिकाओ उसुई सी एक जैपनीज मंक इन द नाइनटीन सेंचुरी उस मंक ने एक कॉन्सैप्ट रोल आउट किया जपैन से एंड ओ वर्ल्ड वाइड फैलिया ही ट्रेन्ड अबाउट टू थाउजेंड पीपल ऑन रेकी इट सैल्फ तो रेकी एक कॉम्प्लीमेंटरी हीलिंग प्रोसैस है इट इज़ अ जैपनीस हीलिंग टेक्नीक ਐਂਡ ਇਹ ਯੂਜ਼ ਕਰਦੀ ਹੈ ਤੁਹਾਡੇ ਅਲੱਗ-ਅਲੱਗ ਸਾਈਨਸ ਐਂਡ ਸਿੰਬल्स ਜਿਨ੍ਹਾਂ ਨੂੰ ਅਸੀਂ ਯੂਜ਼ ਕਰਕੇ ਲੋਕਾਂ ਨੂੰ એનર્ਜੀ ਭੇਜਦੇ ਹਾਂ ਤੇ ਉਹ એનર્ਜੀ ਰਿਸੀਵ ਕਰਦੇ ਹਨ ਤੇ ਹੀਲਿੰਗ ਪ੍ਰੋਸੈਸ ਤੁਹਾਡੀ ਚੱਲਦੀ ਹੈ ਬਟ ਇੱਕ ਚੀਜ਼ ਮੈਂ ਕਲੈਰੀਫਾਈ ਕਰਨਾ ਚਾਹਾਂਗੀ ਥੈਟ ਅਸੀਂ ਆਪਣੀ એનર્ਜੀ ਨਹੀਂ ਯੂਜ਼ ਕਰਦੇ ਵੀ ਆਰ ਓਨਲੀ ਆ ਵਾਇਆ ਮੀਡੀਆ ਟੂ ਯੂਨੀਵਰਸ એનર્ਜੀ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਅਸੀਂ ਵਾਇਆ ਮੀਡੀਆ ਥੈਟ ਸਾਡੇ ਥਰੂ ਹੀ ਉਹ એનર્ਜੀ ਲੋਕਾਂ ਤੇ ਜਾਂਦੀ ਹੈ ਥਿਸ ਇਸ ਹਾਉ ਦਾ ਪ੍ਰੋਸੈਸ ਆਫ ਰੇਕੀ ਵਰਕਸ ਜੀ ਐਂਡ ਇਹ ਬਹੁਤ ਚੰਗੇ ਤਰ੍ਹਾਂ ਲਾਅ ਆਫ ਅਟਰੈਕਸ਼ਨ ਨੂੰ ਵੀ ਲੈ ਕੇ ਚਲਦੀ ਹੈ ਜਦ ਜੋ ਚੀਜ਼ ਤੁਸੀਂ ਯੂਨੀਵਰਸ ਨੂੰ ਦਿਓਗੇ ਉਹ 4 ਗੁਣਾ ਮੈਗਨੀਫਾਈ ਕਰਕੇ ਉਹੀ ਚੀਜ਼ ਤੁਹਾਨੂੰ ਦੇ ਦਿੰਦੀ ਹੈ ਥਿਸ ਇਜ਼ ਹਾਊ ਯਰ એનર્ਜੀ ਵਰਕਸ ਥਿਸ ਇਜ਼ ਹਾਊ ਯਰ ਵਾਈਬ੍ਰੇਸ਼ਨ ਐਂਡ ਥਾਟ ਦਾ ਔਰਾ ਵਰਕਸ ਮੈਮ ਨੇ ਬਹੁਤ ਚੰਗਾ ਇੱਕ ਐਗਜ਼ਾਮਪਲ ਦਿੱਤਾ ਥੈਟ ਕਈ ਵਾਰ ਯੂ ਬੰਦੇ ਨੂੰ ਕਦੇ ਮਿਲੇ ਨਹੀਂ ਬੰਦੇ ਨੂੰ ਕਦੇ ਦੇਖਿਆ ਹੋਵੇ ਨਹੀਂ ਵਿਦਆਊਟ ਅਟਰਿੰਗ ਅ ਸਿੰਗਲ ਵਰਡ ਉਹਦੀ એનર્ਜੀ ਉਹਨੂੰ ਪਹਿਲੇ ਹੀ ਇੰਟਰੋਡਿਊਸ ਕਰ ਦਿੰਦੀ ਕਈ ਲੋਕ ਕੇ ਤੁਹਾਨੂੰ ਬਹੁਤ ਕੰਫਰਟੇਬਲ ਮਹਿਸੂਸ ਕਰਾਨਗੇ ਕਈ ਲੋਕ ਕੇ ਤੁਹਾਨੂੰ ਬਹੁਤ ਜ਼ਿਆਦਾ ਅਨਕੰਫਰਟੇਬਲ ਮਹਿਸੂਸ ਕਰਾਨਗੇ ਰੀਜ਼ਨ ਇਜ਼ ਥੈਟ ਬਾਡੀ ਜੋ ਵਾਈਬ੍ਰੇਸ਼ਨਲ ਫ੍ਰੀਕੁਐਂਸੀਜ਼ ਨੇ ਉਹਨਾਂ ਦੇ ਨਾਲ ਮੈਚ ਨਹੀਂ ਹੁੰਦੀਆਂ ਜਾਂ ਬਹੁਤ ਜ਼ਿਆਦਾ ਮੈਚ ਹੁੰਦੀਆਂ ਤੇ ਰੇਕੀ ਇਸੀ ਨੂੰ ਲੈ ਕੇ ਚੱਲਦੀ ਹੈ ਰੇਕੇ ਦਾ ਮਤਲਬ ਹੈ ਯੂਨੀਵਰਸਲ ਲਾਈਫ ਫੋਰਸ ਐਂਡ ਇਹ ਥੈਰੇਪੀ ਉਸੇ ਤੇ ਕੰਮ ਕਰਦੀ ਹੈ ਜੀ ਰੇਕੀ ਅਲੱਗ ਅਲੱਗ ਲੈਵਲਸ ਤੇ ਹੁੰਦੀ ਹੈ ਪਹਿਲਾ ਤੁਹਾਡਾ ਹੁੰਦਾ ਹੈ ਇੱਕ ਬੇਸਿਕ ਲੈਵਲ ਆਫ ਰੇਕੀ ਅਗਰ ਕਿਸੇ ਨੇ ਸਿੱਖਣੀ ਹੈ ਡਾਕਟਰ ਮਿਕਾਓ ਉਸ ਨੂੰ ਇੱਕ ਹੀ ਚੀਜ਼ ਕਹਿੰਦੇ ਨੇ ਤੇ ਜਦੋਂ ਤੂੰ ਤੁਹਾਨੂੰ ਰੇਕੀ ਸਿੱਖਣੀ ਹੈ ਦ ਫਰਸਟ ਥਿੰਗ ਇਜ਼ ਥਾ ਤੁਹਾਨੂੰ ਆਪਣੇ ਚੱਕਰਾਸ ਤੇ ਆਪਣੇ ਉੱਤੇ ਕੰਮ ਕਰਨਾ ਹੈ ਪਹਿਲੇ ਸੈਲਫ ਹੀਲਿੰਗ ਆਉਂਦੀ ਉਹ ਲੈਵਲ 1 ਹੈ ਤੁਹਾਡੀ ਰੇਕੀ ਦਾ ਜੀ ਐਂਡ ਰੇਕੀ ਤੇ ਅਲੱਗ ਅਲੱਗ ਗods ਨੂੰ ਅਸੀਂ ਬਿਲੀਵ ਕਰਦੇ ਹਾਂ ਜੋ ਹਿਸਟਰੀ ਸੇ ਕਹਿੰਦੇ ਸੀ ਥੈਟ ਦੇ ਹੈਵ ਹੀਲਿੰਗ ਪਾਵਰ ਪਹਿਲਾ ਡਾਕਟਰ ਮਿਕਾਉਸੂਈ ਨੇ देन ਲord ਬੁੱਧਾ ਐ ਐਂਡ ਦਾ ਥਰਡ ਵਨ ਇਜ਼ ਜੀਜ਼ਸ ਕ੍ਰਾਈਸਟ। ਤਾਂ ਜਦੋਂ ਵੀ ਅਸੀਂ ਰੇਕੀ ਯੂਜ਼ ਕਰਦੇ ਨੇ ਇਹ ਤਿੰਨਾਂ ਭਗਵਾਨ ਨੂੰ ਮੱਦੇ ਨਜ਼ਰ ਰੱਖ ਕੇ देन ਵੀ ਸੈਂਡ એનર્ਜੀ ਟੂ ਪੀਪਲ ਐਂਡ ਹੀਲਿੰਗ ਉਸੇ ਤਰੀਕੇ ਨਾਲ ਚੱਲਦੀ ਐ। ਸੋ ਪਹਿਲੇ ਅਸੀਂ ਆਪਣੇ ਚੱਕਰਾਸਤੇ ਕੰਮ ਕਰਦੇ ਆਂ। ਆਈ ਵਿਲ ਟਾਕ ਅ ਲਿਟਲ ਬਿਟ ਅਬਾਊਟ ਦਾ ਚੱਕਰਾਸ ਆਲਸੋ। ਸਾਡੀ ਬਾਡੀ ਚ ਇੱਕ ਬਾਇਓ ਐਨਰਜੀ ਸਿਸਟਮ ਹੁੰਦਾ ਹੈ ਜੀ ਅਗਰ ਉਹ ਬਾਇਓ ਐਨਰਜੀ ਸਿਸਟਮ ਬਲੌਕ ਹੋ ਜਾਏ ਹਮ ਇਟ ਕਾਜ਼ਸ ਫਿਜ਼ੀਕਲ ਪ੍ਰੋਬਲਮਸ ਆਲਸੋ ਤੇ ਮੈਂਟਲ ਪ੍ਰੋਬਲਮਸ ਵੀ ਆਉਂਦੀਆਂ ਹਨ ਐਂਡ ਦੀ ਓਨਲੀ ਰੀਜ਼ਨ ਇਜ਼ ਬਿਕਾਜ਼ ਆਫ ਜੋ ਨੈਗੇਟਿਵ ਐਨਰਜੀ ਹੈ ਉਹ ਨੈਗੇਟਿਵ ਐਨਰਜੀ ਸਾਡੀ ਬਾਡੀ ਚ ਆਉਂਦੀ ਹੈ ਉਹ ਸਾਡੇ ਇਮਿਊਨ ਸਿਸਟਮ ਨੂੰ ਖਰਾਬ ਕਰਦੀ ਹੈ ਇਮਿਊਨ ਸਿਸਟਮ ਖਰਾਬ ਹੋਗਾ ਫਿਰ ਨੈਗੇਟਿਵ ਐਨਰਜੀ ਆਉਗੀ ਉਹ ਡਬਲ ਐਂਪਲੀਫਾਈ ਹੋਊਗਾ ਸਿਰ ਰੇਕੀ ਹੈਲਪ ਕਰਦੀ ਹੈ ਥੈਟ ਉਹ ਜੋ ਬਾਇਓ ਐਨਰਜੀ ਸਿਸਟਮ ਹੈ ਤੁਹਾਡਾ ਉਹ ਬੈਲੈਂਸ ਕ੍ਰੀਏਟ ਕਰਕੇ ਰੱਖੇ ਸਾਡੇ ਬਾਇਓਨਰਜੀ ਸਿਸਟਮ 'ਚ 72000 ਮੈਰੀਡੀਅਨ ਪੁਆਇੰਟਸ ਨੇ ਐਂਡ ਕੋਈ ਵੀ ਬਲੌਕੇਜ ਹੈ ਪ੍ਰੋਬਲਮਸ ਆ ਬౌండ్ ਟੂ ਕਮ ਐਂਡ ਰੇਕੀ ਸਾਤ-ਸਤ ਚੱਕਰਾਂ ਥਰੂ ਉਹ એનર્ਜੀ ਸਿਸਟਮ ਨੂੰ ਬੈਲੈਂਸ ਕਰਕੇ ਚਲਦੀ ਹੈ ਰਾਈਟ ਕਿਉਂਕਿ ਜਿਹੜਾ ਸਾਡਾ ਹਰੇਕ ਚੱਕਰ ਹੈ ਉਹ ਉਸ ਦੇ ਨਾਲ ਕੁਝ ਬਾਡੀ ਪਾਰਟਸ ਸਟੇ ਹੋਏ ਨੇ ਹੁਣ ਜਿਵੇਂ ਜਦੋਂ ਅਸੀਂ ਹਾਰਟ ਚੱਕਰਾ ਦੀ ਗੱਲ ਕਰਦੇ ਹਾਂ ਤਾਂ ਉਹ ਹਾਰਟ ਔਰ ਜਿਹੜਾ ਸਾਡਾ ਬੈਕ ਹਾਰਟ ਹੈ ਉਸ ਦਾ ਖਿਆਲ ਰੱਖਦਾ ਹੈ ਤਾਂ ਇਸ ਇਸੇ ਤਰ੍ਹਾਂ ਜਿਹੜਾ ਸਾਡਾ ਸੈਕਰਲ ਚੱਕਰ ਹੈ ਉਹਦੇ ਨਾਲ ਉਸ ਤਰ੍ਹਾਂ ਦੇ ਆਰਗਨਸ ਜੁੜੇ ਹੋਏ ਨੇ ਸੋ ਜਿਹੜਾ ਚੱਕਰ ਸਾਡਾ ਖਰਾਬ ਹੁੰਦਾ ਮੰਨਿਆ ਜਾਂਦਾ ਵੀ ਉਸ ਰਿਲੇਟਡ ਤੁਹਾਨੂੰ ਪ੍ਰੋਬਲਮਸ ਜ਼ਰੂਰ ਫੇਸ ਕਰਨੀਆਂ ਪੈਣਗੀਆਂ ਹੈਨਾ ਪਰ ਇਸ ਤੋਂ ਪਹਿਲਾਂ ਕਿ ਆਪਾਂ ਚੱਕਰਾਸਤੇ ਡਿਸਕਸ਼ਨ ਕਰੀਏ ਮੈਂ ਇਸ ਚੀਜ਼ ਨੂੰ ਕੋਡ ਕਰਨਾ ਚਾਹਾਂਗੀ ਜਿਵੇਂ ਤੁਸੀਂ ਕਹਿ ਰਹੇ ਹੋ ਯੂਨੀਵਰਸ ਕੋਲ ਮਾਸ మీడియం ਦੇ ਵਿੱਚ એનર્ਜੀ ਹੈ ਜਦੋਂ ਆਪਾਂ ਮੈਨੀਫੈਸਟੇਸ਼ਨ ਦੀ ਗੱਲ ਕਰਦੇ ਆਂ ਆਪਾਂ ਹੁਣੇ ਵੀ ਗੱਲ ਕਰ ਰਹੇ ਸੀ ਵੀ ਜਦੋਂ ਤੁਸੀਂ ਬ੍ਰਹਿਮੰਡ ਨੂੰ ਸਿਰਫ ਆਦੇਸ਼ ਹੀ ਕਰਦੇ ਹੋ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ ਤੇ ਤੁਸੀਂ ਮੈਨੀਫੈਸਟੇਸ਼ਨ ਤੇ ਬਲੀਵ ਕਰਕੇ ਦੇਖਿਓ ਸਵੇਰੇ ਤੁਹਾਡੇ ਵਾਸਤੇ ਉਹ ਚੀਜ਼ ਕਿਸੇ ਨਾ ਕਿਸੇ ਤਰੀਕੇ ਮੁਹੱਈਆ ਕਰਾ ਦਿੱਤੀ ਜਾਏਗੀ ਇਟ ਡਿਪੈਂਡਸ ਔਨ ਦਾ ਵਾਈਬ੍ਰੇਸ਼ਨ ਤੁਸੀਂ ਕਿਸ ਤਰੀਕੇ ਨਾਲ ਕਿੰਨੀ ਵਾਈਬ੍ਰੇਸ਼ਨ ਦੇ ਨਾਲ ਕਿੰਨੇ ਬਲੀਫ ਦੇ ਨਾਲ ਉਹ ਤੋਂ ਮੰਗੀ ਆ ਉਹ ਚੀਜ਼ ਹੈ ਨਾ ਔਰ ਕਿਤੇ ਨਾ ਕਿਤੇ ਇਸ ਦਾ ਰੀਜ਼ਨ ਇਹੀ ਹੈ ਵੀ ਜਦੋਂ ਤੁਸੀਂ ਸ਼ਮਸ਼ਾਨ ਘਟ ਜਾਂਦੇ ਤੁਹਾਨੂੰ 네ਗੇਟਿਵ એનર્ਜੀ ਫੀਲ ਹੁੰਦੀ ਹੈ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਓਗੇ ਜਾਂ ਕਿਸੇ ਟੈਂਪਲ ਚ ਜਾਓਗੇ ਤਾਂ ਉੱਥੇ ਤੁਹਾਨੂੰ ਪੋਜ਼ੀਟਿਵ એનર્ਜੀ ਫੀਲ ਹੋਏਗੀ ਤੁਸੀਂ ਵਾਸੂ ਐਕਸਪਰਟ ਵੀ ਨਾਲੋਂ ਨਾਲੋਂ ਤਾਂ ਕਿਤੇ ਨਾ ਕਿਤੇ ਜਿਹੜਾ ਗੁੰਬਦ ਹੈ ਗੁੰਬਦ ਦੇ ਉੱਪਰ ਜਿਹੜਾ ਕਲਰਸ ਲੱਗਿਆ ਹੁੰਦਾ ਉਹ ਏਸੇ ਚੀਜ਼ ਨੂੰ ਮੈਨੂੰ ਲੱਗਦਾ ਵੀ ਡਿਫਾਈਨ ਕਰਦਾ ਵੀ ਯੂਨੀਵਰਸ ਦੀ એનર્ਜੀ ਜਿਹੜੀ ਉਹ ਮਾਸ ਤੋਂ ਲੈ ਕੇ ਕਲਰਸ ਦੇ ਥਰੂ ਹੋ ਕੇ ਉਹਦਾ ਜਿੰਨਾ ਡਾਇਆਮੀਟਰ ਹੁੰਦਾ ਓਨੇ ਜਗ੍ਹਾ ਤੇ ਸਪਰੈਡ ਹੋ ਜਾਂਦਾ ਔਰ ਉਹਨਾਂ ਏਰੀਆ ਤੁਹਾਨੂੰ ਬਹੁਤ ਪੋਜ਼ੀਟਿਵ ਫ सो so, तुसी की महसूस कर दियो इट्स एक्चुअली वेरी राइट साइड बिकॉज़ अगर लॉजिकली भी देखो इवन द सिविलाइजेशंस अगर इजिप्शियन सिविलाइजेशन भी देखो दे टॉक अबाउट समथिंग व्हिच इज नोन एज अ पिरामिड हम्म एंड वो पिरामिड एक्चुअली तोडा क्राउन चक्र आई इन अदर वर्ड्स जी जी एनर्जी तोडी सारी एथे ही सेंट्रिक है राइट mm एंड -hmm. right? तोडी स्पिरिचुअल अवेकनिंग तोडी मेडिटेटिव पावर तोडा थर्ड आई जी ये सारा एथे ही लिंक्ड है सो mm -hmm. so, अगर ए एरिया तोडा सॉर्टेड है इन टर्म्स ऑफ एनर्जी automatically you will rise above the baseer values mm -hmm. to a grid jealousy eh cheezan to tusi upar uth jao ge and reiki when you actually do reiki it helps people to rise to this level mm -hmm. and tusi chakras di gal kiti hai there are a lot of chakras naik mm -hmm. you have a root chakra jo tewada base hai us root chakra onu mooladhar bhi kende ne that is a base grounding mm -hmm. that your life existence is because of oh chakra only mm -hmm. and अगर ਤੁਹਾਡੇ ਉਸ ਚੱਕਰਾ ਚ ਪ੍ਰੋਬਲਮ ਹੈ देन योर ਐਗਜ਼ਿਸਟੈਂਸ ਓਨਲੀ ਵਿਲ ਬੀ ਅ ਪ੍ਰੋਬਲਮ ਤੁਸੀ ਅਨਸਟੇਬਲ ਹੋ ਗਿਆ ਐਜ਼ ਅ ਪਰਸਨੈਲਿਟੀ ਐਜ਼ ਅ ਹਿਊਮਨ ਬੀ ਹੋ ਸਕਦਾ ਕ੍ਰਿਮੀਨਲ ਟੈਂਡੈਂਸੀ ਵੀ ਹੋ ਇਸ ਤਰ੍ਹਾਂ ਦੇ ਚੀਜ਼ਾਂ ਰਾਈਟ ਐਂਡ ਉਹਦਾ ਕਲਰ ਹੈ ਰੈਡ ਹੂੰ ਉਹਤਵਾ ਤੁਹਾਡਾ ਸੈਕ੍ਰਲ ਚੱਕਰ ਹੁੰਦਾ ਵਿਚ ਯੂ ਹੈਡ ਮੈਂਸ਼ਨਡ ਅਬਾਊਟ ਤੁਹਾਡਾ ਸੈਕ੍ਰਲ ਚੱਕਰ ਅਗੇਨ ਤੁਹਾਡੇ ਬਰਥ ਇਨਸਟਿੰਕਟ ਨਾਲ ਲਿੰਕਡ ਹੈ ਪ੍ਰੋਪਗੇਸ਼ਨ ਆਫ ਸਪੀਸੀਜ਼ ਨਾਲ ਲਿੰਕਡ ਹੈ ਤਾਂ ਅਗਰ ਲੋਕਾਂ ਨੂੰ ਅਗਰ ਇਨਫਰਟੀਲਿਟੀ ਦੇ ਇਸ਼ੂਜ਼ ਨੇ ਪ੍ਰੋਬਲਮਸ ਨੇ ਉਹ ਤੁਹਾਡੇ ਸੈਕ੍ਰਲ ਚੱਕਰ ਹੈ ਜੋ ਜੋ ਇੰਬੈਲੈਂਸਡ ਹੈ ਐਂਡ ਉਹਦਾ ਕਲਰ orange ਹੈ ਸੋ ਰੇਕੀ ਵੀ ਅਸੀਂ ਉਸੇ ਹਿਸਾਬ ਨਾਲ ਲੋਕਾਂ ਨੂੰ ਦਿੰਦੇ ਆ ਅਕੋਰਡਿੰਗ ਟੂ ਦਾ ਚੱਕਰਾਸ ਐਂਡ ਅਕੋਰਡਿੰਗ ਟੂ ਜੇ ਕਲਰਸ ਮੰਨ ਲਓ ਜਿਹੜੇ ਲੋਕਾਂ ਨੂੰ ਰੇਕੀ ਬਾਰੇ ਨਹੀਂ ਪਤਾ ਜਾਂ ਚੱਕਰਾਸ ਬਾਰੇ ਨਹੀਂ ਪਤਾ ਤੁਹਾਡੇ ਕੋਲ ਪਹਿਲੀ ਵਾਰ ਕੋਈ ਕਸਟਮਰ ਆਇਆ ਜਾਂ ਕਲਾਇੰਟ ਆਇਆ ਤੇ ਕਿਵੇਂ ਸਮਝਾਉਂਦੇ ਹੋ ਵੀ ਜਿਹੜਾ ਬੈਲਟ ਤੋਂ ਥੱਲੇ ਥੱਲੇ ਦਾ ਏਰੀਆ ਹੈ ਉਹ ਰੂਟ ਚੱਕਰਾ ਹੈ ਨਾ ਤੇ ਉਸ ਤੋਂ ਚਾਰ ਉਂਗਲਾਂ ਉੱਪਰ ਹੈ ਤਾਂ ਸੈਕ੍ਰਲ ਚੱਕਰਾ ਹੈ ਨਾ ਠੀਕ ਹੈ ਹਾਂਜੀ ਹਾਂਜੀ ਥੈਂ ਟੂ ਤੁਹਾਡੇ ਜੋ ਨੇਵਲ ਤੋਂ ਉੱਤੇ ਵਾਲਾ ਹਿੱਸਾ ਹੈ ਉਹ ਤੁਹਾਡਾ ਸੋਲਰ ਪਲੈਕਸ ਆ ਜਾਂਦਾ ਹੈ ਰਾਈਟ ਐਂਡ ਥੈਟ ਇਜ਼ ਅਗੇਨ ਉਹ ਮੈਟਾਬੋਲਿਕ ਐਕਟੀਵਿਟੀਆਂ ਨੇ ਤੁਹਾਡੇ ਡਾਈਜੈਸ਼ਨ ਨਾਲ ਲਿੰਕਡ ਹੈ ਰਾਈਟ ਉਹਦਾ ਕਲਰ ਯੈਲੋ ਹੈ ਥੈਨ ਅਗੇਨ ਹਾਰਟ ਚੱਕਰਾ एवरीवन ਨੋਸ ਪਲੇਸਮੈਂਟ ਹਾਰਟ ਕਿੱਥੇ ਹੈ ਰਾਈਟ ਐਂਡ ਹਾਰਟ ਚੱਕਰਾ ਇਜ਼ ਲੋਕੇਟਡ ਔਨ ਦਾ ਲੈਫਟ ਸਾਈਡ ਰਾਈਟ ਐਂਡ ਤੁਹਾਡਾ ਲਵ ਕੰਪੈਸ਼ਨ ਕਾਈਂਡਨੈਸ ਰਿਲੇਸ਼ਨਸ਼ਿਪਸ ਨੂੰ ਨਰਚਰ ਕਰਨ ਦਾ ਬੇਸਿਕ ਚੱਕਰਾ ਉਹੀ ਹੈ ਰਾਈਟ ਐਂਡ ਦੈਟ ਇਜ਼ ਵਾਈ ਯੂ ਵਿਲ ਸੀ ਵੈਰੀ ਇੰਟਰਸਟਿੰਗ ਥਿੰਗ ਦ ਹਸਪੀਟਲਸ ਦਾ ਕਲਰ ਜਨਰਲੀ ਹਾਰਟ ਹਸਪੀਟਲਸ ਦਾ ਹਰੇ ਰੰਗ ਦਾ ਹੀ ਹੈ बिकॉज ਇਟਸ ਗਾਟ ਟੂ డు ਅ ਹੀਲਿੰਗ ਆਫ ਦਾ ਹਾਰਟ ਔਰ ਇਸੇ ਕਰਕੇ ਜੇ ਤੁਸੀਂ ਹਾਰਟ ਚੱਕਰਾ ਨੂੰ ਕਿਉਰ ਵੀ ਕਰਦੇ ਹੋ ਤਾਂ ਗ੍ਰੀਨ ਐਵੈਂਜਰ ਆਈਂਦਾ ਜਿਹੜਾ ਸਟੋਨ ਹੈ ਹੈਨਾ ਤਾਂ ਅੱਛਾ ਇਹ ਬਿਲਕੁਲ ਇਸੇ ਤਰ੍ਹਾਂ ਹੁੰਦਾ ਮੈਂ ਵੀ ਦੇਖਿਆ ਵੀ ਜਦੋਂ ਕੋਈ ਜਿਹੜਾ ਰੀਕੀ ਐਕਸਪਰਟ ਹੈ ਉਹ ਗ੍ਰੀਨ ਐਵੈਂਜਰ ਆਈਂ ਦਿੰਦਾ ਮੰਨ ਲਓ ਕਿਸੇ ਬੰਦੇ ਦੇ ਹਾਰਟ ਦੀ ਬਲੋਕੇਜ ਹਾਲਾਂਕਿ ਸੁਣਨ ਵਾਲੇ ਨੂੰ ਅਜੀਬ ਲੱਗੇਗਾ ਜਿਹੜੇ ਪਹਿਲੀ ਮਰਤਬਾ 40% ਕੰਮ ਕਰ ਰਿਹਾ ਹੈ ਐਸੋ ਨਾ ਸੋ ਉਹ ਆਪਣੇ ਕੋਲ ਗ੍ਰੀਨ ਐਵੈਂਚੂਰਾ ਇਨ ਰੱਖਦਾ ਹੈ ਤੇ ਉਹ 60% ਤੱਕ ਹੋ ਜਾਂਦਾ ਯੈਸ ਦੈਟ ਇਜ਼ ਟru ਇਹ ਮੇਰਾ ਪਰਸਨਲ ਐਗਜ਼ਾਮਪਲ ਵੀ ਰਿਹਾ ਬਿਕਾਜ਼ ਮੈਂ ਰੇਕੀ ਕਰਦੀ ਰਹੀ ਹਾਂ ਸਿንስ 2010 ਉਹ 14 ਸਾਲ ਹੋ ਚੁੱਕੇ ਨੇ ਐਂਡ ਇੱਕ ਬੰਦਾ ਹੈ ਤੇ ਐਸੋ ਹੀ ਤਰੀਕੇ ਨਾਲ ਪ੍ਰੋਬਲਮ ਆਈ ਸੀ ਬਲੋਕੇਜਸ ਤੇ ਹਾਰਟ ਦੇਪ ਐਂਡ ਦਾ ਪਰਸਨ ਕੇਮ ਟੂ ਮੀ ਮੈਂ ਟਰਸਟ ਮੀ ਮਤਲਬ ਤੁਹਾਨੂੰ ਲੱਗੇਗਾ ਮੈਂ ਐਵੇਂ ਲਫਾਫੇ ਮਾਰ ਰਹੀ ਹਾਂ ਬਟ ਜੋ ਰਿਐਲਿਟੀ ਹੈ ਉਹ ਦੱਸ ਰਹੀ ਹਾਂ ਉਹ ਬੰਦੇ ਨੂੰ ਮੈਂ ਰੇਕੀ ਦਿੱਤੀ ਵਿਦ ਗ੍ਰੀਨ એનર્ਜੀ ਓਨਲੀ ਅਣ ਜਦੋਂ ਉਹਨੇ ਜਾ ਕੇ ਆਪਣੇ ਟੈਸਟ ਕਰਾਇਆ ਹਾਰਟ ਦੇ ਉਥੇ ਆਲਮੋਸਟ 90% ਬਲੋਕੇਜਸ ਵੋ ਕਲੀਅਰਡ ਫਰਮ ਦਾ ਹਾਰਟ ਸੋ ਦੈਟ ਇਜ਼ ਟru ਦੈਟ ਅਗਰ ਅਸੀਂ ਚੱਕਰਾਸ ਦੇ ਹਿਸਾਬ ਨਾਲ ਉਹਨੇ ਉਹ ਹੀ ਕਲਰਸ ਯੂਜ਼ ਕਰਕੇ ਰੇਕੀ ਦਾਂਗੇ ਉਹਦਾ ਇਫੈਕਟ ਮੈਗਨੀਫਾਈ ਹੋ ਕੇ ਲੱਗੂਗਾ ਇਨਸਾਨ ਨੂੰ ਇਟਸ ਐਗਜ਼ੈਕਟਲੀ ਦਸ ਹਮਮ ਔਰ ਜਦੋਂ ਵੈਨ ਇਟ ਕਮਸ ਟੂ ਦ ਸਟੋਨਸ ਜਿਹਦੇ ਨਾਲ ਅਸੀਂ ਹੀਲਿੰਗ ਕਰਦੇ ਆ ਜਿਹੜੇ ਸੈਮੀ ਪ੍ਰੀਸ਼ੀਅਸ ਸਟੋਨਸ ਹੁੰਦੇ ਆ ਤੁਹਾਡੇ ਕੋਲ ਲੋਕ ਆਉਂਦੇ ਹੋਣਗੇ ਮੈਨੂੰ ਲੱਗਦਾ ਵੀ ਜਿਵੇਂ ਹਾਰਟ ਨੂੰ ਠੀਕ ਕਰਨ ਤੋਂ ਇਲਾਵਾ ਉਹਨਾਂ ਦਾ ਫੋਕਸ ਇਹੀ ਰਹੇਗਾ ਵੀ ਮਤਲਬ ਮੇਰਾ ਦਿਲ ਜਿਹੜਾ ਫਲਾਣੇ ਬੰਦੇ ਨਾਲ ਮਿਲਦਾ ਤਾਂ ਵੀ ਮੈਨੂੰ ਸਾਨੂੰ ਕੋਈ ਲਵ ਕ੍ਰਿਸਟਲ ਦੇ ਦਿਓ ਜਾਂ ਸੋਰਲ ਪਲੈਕਸਿਸ ਤੋਂ ਇਲਾਵਾ ਅਗਲਾ ਗੋਗਾ ਵੀ ਨਹੀਂ ਡਾਈਜੈਸ਼ਨ ਤਾਂ ਮੈਂ ਆਪੇ ਠੀਕ ਕਰ ਲਵਾਂ ਵੀ ਜਿਹੜਾ ਉਸ ਦਾ ਸਟੋਨ ਹੈ ਜਿਹੜਾ ਟਾਈਗਰ ਆਈ ਸਟੋਨ ਹੈ ਵੀ ਉਹਦੇ ਨਾਲ ਉਹ ਪੈਸੇ ਨੂੰ ਵੀ ਟਰੈਕਟ ਕਰਦਾ ਤੁਹਾਡੀ ਪਰਸਨੈਲਿਟੀ ਨੂੰ ਵੀ ਅਟਰੈਕਟਿਵ ਬਣਾਉਂਦਾ ਤਾਂ ਕਿਉਂ ਨਾ ਮਤਲਬ ਵੀ ਅਸੀਂ ਇਸ ਨੂੰ ਉਸ ਤਰੀਕੇ ਨਾਲ ਯੂਜ਼ ਕਰੀਏ ਲੋਕੀ ਹੀਲਿੰਗ ਵਾਸਤੇ ਉਹਨੂੰ ਘੱਟ ਯੂਜ਼ ਕਰਦੇ ਆਂ ਬਜਾਏ ਇਸ ਦੇ ਵੀ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਵੀ ਵਹਿਮਾਂ ਭਰਮਾਂ ਵਿੱਚ ਜ਼ਿਆਦਾ ਪੈ ਜਾਂਦੇ ਆਂ ਔਰ ਇਸੇ ਕਰਕੇ ਰੇਕੀ ਮੁਤਾਲਿਕ ਬੜੇ سارے ਮਿਥ ਲੋਕਾਂ ਦੇ ਦਿਮਾਗ ਵਿੱਚ ਨੇ ਹਾਂ ਹੈਨਾ that's very true because a probably a commercial business point of view nal dekhdene they do a negative marketing for their benefit oh hunda hai that is very true because when you talk about alag alag crystals ne ohna da alag alag benefit mm hai -hmm. body te bhi hai mind te bhi hai to twaada energy vibrations around you also mm -hmm. they work and kai var main dekha hai jo ek normal crystal hunda hai jo twade balance create kar rakda hai aapas vich right negativity nu door karda main ek do bandeyan nu crystal ditta and oh crystal tut gaya ਹਮਮ ਇਟ ਵਾਸ ਐਕਚੁਅਲੀ ਸਰਪ੍ਰਾਈਜ਼ਿੰਗ ਕਿ ਸਾਰੇ ਕ੍ਰਿਸਟਲ ਦੇ ਬਾਲ ਅਲੱਗ-ਅਲੱਗ ਹੋ ਗਏ ਔਰ ਟੁੱਟ ਕੇ ਗਿਰ ਗਿਆ ਜੀ ਐਂ ਬੰਦਿਆਂ ਨੇ ਮੈਨੇ ਪੁੱਛਿਆ ਬੋਲਦੇ ਮੈਮ ਇਹ ਕੁਆਲਿਟੀ ਕੀ ਸੀ ਕ੍ਰਿਸਟਲ ਮੇਰੇ ਕ੍ਰਿਸਟਲ ਦੀ ਕੁਆਲਿਟੀ ਨਹੀਂ ਤੁਹਾਡੇ ਅੰਦਰ ਇੰਨੀ ਨੈਗੇਟਿਵਿਟੀ ਭਰੀ ਹੋਈ ਹੈ ਥੈਟ ਉਹ ਕ੍ਰਿਸਟਲ ਨੇ ਆਪਣੇ ਤੇ ਉਹ ਨੈਗੇਟਿਵ એનર્ਜੀ ਲੈ ਕੇ ਉਹ ਡਿਸਿਪੇਟ ਹੋ ਗਿਆ ਜੀ ਸੋ ਇਸ ਤਰ੍ਹਾਂ ਦੀ ਵੀ ਸਿਚੁਏਸ਼ਨਸ ਅਰਾਈਜ਼ ਕਰਦੀਆਂ ਨੇ ਓਵਰਟਾਈਮ ਜਦੋਂ ਆਪਾਂ ਕ੍ਰਿਸਟਲਸ ਯੂਜ਼ ਕਰਦੇ ਆਂ ਤਾਂ ਕਲੈਂジング ਪ੍ਰੋਸੈਸ ਵੀ ਹੁੰਦਾ ਜਿਵੇਂ ਸਾਨੂੰ ਹਰ ਰੋਜ਼ ਆਪਾਂ ਪਲੀਥ ਹੁੰਦੇ ਆਂ ਮੈਲੇ ਹੁੰਦੇ ਆਂ ਤੇ ਧੋਣਾ ਪੈਂਦਾ ਤੇ ਕ੍ਰਿਸਟਲਸ ਨੂੰ ਜਦੋਂ ਆਪਾਂ ਕਲੈਂジング ਦੇ ਪ੍ਰੋਸੈਸ ਵਿੱਚੋਂ ਕੱਢਦੇ ਆਂ ਤਾਂ ਉਹ ਕੀ ਹੁੰਦਾ ਧੋਣਾ ਹੁੰਦਾ ਹੈ ਜਾਂ ਸਨਲਾਈਟ ਮੂਨਲਾਈਟ ਵੈਰੀ ਰੈਡ ਕ੍ਰਿਸਟਲਸ ਨੂੰ ਇੱਕ ਧੋਣ ਦਾ ਪ੍ਰੋਸੈਸ ਹੁੰਦਾ ਹੈ that ਯੂ ਗੁੰਗੁਨੇ ਪਾਣੀ ਚ ਨਮਕ ਪਾ ਕੇ ਸੈਂਦਾ ਨਾਮਕ ਜੋ ਮਿਲਦਾ ਹੈ ਉਹਨੂੰ ਕ੍ਰਿਸਟਲ ਨੂੰ ਡਬੋ ਕੇ ਰੱਖੋ ਆਟੋਮੈਟਿਕਲੀ ਕਿਉਂਕਿ ਕ੍ਰਿਸਟਲਸ ਕੀ ਹੁੰਦੇ ਨੇ ਉਹ ਤੁਹਾਡੀ એનર્ਜੀ ਕੰਜ਼ਿਊਮ ਕਰ ਲੈਂਦੇ ਬੰਦੇ ਦੀ એનર્ਜੀ ਆ ਤੁਹਾਡੀ એનર્ਜੀ ਜਿਸ ਤੇ ਯੂਜ਼ ਹੋ ਰੇ ਤੇ ਆਟੋਮੈਟਿਕਲੀ ਉਸ ਔਰਾ ਨੂੰ ਉਸ ਵਾਈਬ੍ਰੇਸ਼ਨ ਨੂੰ ਅਸੀਂ ਕਲੀਨ ਕਰਨਾ ਸੋ ਆਟੋਮ ਇਹ ਪਾ ਕੇ ਰੱਖੋ ਫਾਰ ਅ ਲिटल ਟਾਈਮ ਉਹਨੂੰ ਕਲੀਅਰ ਕਰ ਲਓ ਐਂਡ ਆਟੋਮੈਟਿਕਲੀ ਤੁਹਾਡੇ ਕ੍ਰਿਸਟਲ ਸਾਫ ਹੋ ਜਾਂਦੇ ਥੈਨ ਦੇ ਬਿਕਮ ਫਰੈਸ਼ ਤੇ ਦੁਬਾਰਾ ਯੂ ਕੈਨ ਯੂਜ਼ ਦੋਸ ਤੇ ਕ੍ਰਿਸਟਲਸ ਨੂੰ ਕਲੈਂਸ ਕਰਨ ਤੋਂ ਬਾਅਦ ਆਪਾਂ ਉਸ ਨੂੰ ਚਾਰਜ ਨਹੀਂ ਕਰਨਾ ਹੁੰਦਾ you can you can put them in the sunlight mm -hmm. they automatically charge ho jaan ge because of the prism effect of the sun itself ji acha jado apan normally dekhde na dukana te lokan ne bade bade jehde ne oh namak de ho rakhe hunde hai ha na ta je onnu puchho ta onna ka koi jawab hunda na ve sanno eh keha hoya ve ye negative energy nu apne andar khich lenda so par jadon negative energy apne andar absorb kar lega ਇੱਕ ਨਮਕ ਦਾ ਜਿਹੜਾ ਪੀਸ ਹੈ ਤਾਂ ਉਸ ਨੂੰ ਕੀ ਸਾਨੂੰ ਵਾਈਪ ਆਊਟ ਨਹੀਂ ਕਰਨਾ ਚਾਹੀਦਾ ਲੋਕਾਂ ਦੇ ਦੁਕਾਨਾਂ ਤੇ ਜਾਂ ਘਰਾਂ ਦੇ ਵਿੱਚ ਸਾਲ-ਸਾਲ ਉਹ ਜਿਹੜੇ ਨੇ ਉਹ ਉਦਾਂ ਹੀ ਪਏ ਰਹਿੰਦੇ ਨੇ ਉਹ ਜਿੰਨੀ 네ਗੇਟਿਵਿਟੀ ਮੈਨੂੰ ਲੱਗਦਾ ਆਪਣੇ ਅੰਦਰ ਅਬਜ਼ਾਰਬ ਕਰਦੇ ਨੇ ਜੇ ਉਹਨੂੰ ਕੋਈ ਦੂਜਾ ਬੰਦਾ ਹੱਥ ਲਾ ਲੇ ਉਹ ਓਨਾ ਜ਼ਿਆਦਾ 네ਗੇਟਿਵ ਹੋ ਵੀ ਜਾਂਦਾ ਹੈ ਕੀ ਖਿਆਲ ਹੈ ਬਿਲਕੁਲ that is very true because ਇਹਦਾ ਵੀ ਇੱਕ process ਹੁੰਦਾ that you have you know replace ਕਰਨਾ ਪੈਂਦਾ बार-बार ਇਸ ਤੋਂ ਬੈਟਰ ਹੈ ਕਿ ਆਪਣੇ ਘਰੇ ਇੱਕ ਸ਼ੀਸ਼ੇ ਦੀ ਬੋਟਲ 'ਚ ਇਨ ਦਾ ਵਾਸ਼ਰੂਮ ਏਰੀਆ ਜਾਂ ਜਾਂ ਜੋ 네ਗੇਟਿਵ ਏਰੀਆਜ਼ ਐ ਨਾ ਕੋਨੇ ਤੁਹਾਡੇ ਘਰ ਦੇ ਉੱਥੇ ਸੈਂਦਾ ਨਮਕ ਪਾ ਕੇ ਉਹਨੂੰ ਗਲਾਸ ਜਾਰਚੇ ਰੱਖੋ ਤੇ ਰਿਪਲੇਸ ਇਟ ਐਵਰੀ 15 ਡੇਜ਼ ਟੂ ਅ ਮੰਥ ਜੀ ਇਹ ਜਲ ਪਰਵਾਹ ਕਰਨਾ ਹੈ ਨਮਕ ਐਂਡ ਯੂ हैव टू ਕੀਪ ਔਨ ਰਿਪਲੇਸਿੰਗ ਇਟ बिकॉज ਉਹ 네ਗੇਟਿਵ એનર્ਜੀ ਆਪਣੇ ਚ ਸੋਖਦਾ ਹੈ ਜੀ ਇਨਸਟੈਡ ਆਫ ਕ੍ਰੀਏਟਿੰਗ ਅ ਪੋਜ਼ਿਟਿਵ એનર્ਜੀ ਅਰਾਊਂਡ ਯੂ ਅਗਰ ਅਸੀਂ ਚੇਂਜ ਨਹੀਂ ਕਰਾਂਗੇ ਉਹ 네ਗੇਟਿਵ એનર્ਜੀ ਔਰ ਵੱਧਦੀ ਜਾਊਗੀ ਉਹ ਹੈਲਥ ਐਲੀਮੈਂਟਸ ਹੋ ਸਕਦੇ ਨੇ ਪੈਸੇ ਦਾ ਨੁਕਸਾਨ ਹੋ ਸਕਦਾ ਹੈ ਰਿਲੇਸ਼ਨਸ਼ਿਪ ਦਾ ਨੁਕਸਾਨ ਹੋ ਸਕਦਾ ਜੋ ਅਸੀਂ ਰਿਅਲਾਈਜ਼ ਨਹੀਂ ਕਰਦੇ ਇਟਸ ਬਿਕੋਜ਼ ਆਫ 댓 ਜੀ ਜਦੋਂ ਅਸੀਂ ਕਿਤਾਬਾਂ ਵੀ ਪੜ੍ਹਦੇ ਹਾਂ ਤਕਰੀਬਨ ਤੇ ਲਿਖਿਆ ਹੁੰਦਾ ਵੀ 99% ਆਫ ਦਿਸ ਵਰਲਡ ਇਜ਼ ਇਨਵੀਜ਼ੀਬਲ ਅਸੀਂ 1% ਵਿਜ਼ੀਬਲ ਵਰਲਡ ਜੋ ਸਾਨੂੰ ਨਜ਼ਰ ਆ ਰਿਹਾ ਸੀ ਉਹਦੇ 'ਚ ਰਹ ਰਹੇ ਹਾਂ 99% ਚੀਜ਼ਾਂ ਜਿਹੜੀਆਂ ਇਨਵਿਜ਼ੀਬਲ ਨੇ ਅਸੀਂ ਉਹ ਦੇਖ ਨਹੀਂ ਪਾਰੇ ਜਿਹਦੇ ਵਿੱਚ ਜਦੋਂ ਆਪਾਂ ਔਰਾ ਵਾਈਬ੍ਰੇਸ਼ਨ ਦੀ ਗੱਲ ਕੀਤੀ ਹੁਣ ਲੋਕਾਂ ਨੂੰ ਕਈ ਵਾਰ ਔਰਾ ਨਹੀਂ ਸਮਝ ਲੱਗਦਾ ਕਿਸੇ ਦਾ ਔਰਾ 5 ਫੁੱਟ ਦਾ ਹੋ ਸਕਦਾ ਕਿਸੇ ਦਾ 20 ਫੁੱਟ ਦਾ ਵੀ ਹੋ ਸਕਦਾ ਕਿਸੇ ਦਾ 500 ਫੁੱਟ ਦਾ ਵੀ ਹੋ ਸਕਦਾ ਇਹੀ ਰੀਜ਼ਨ ਹੈ ਵੀ ਜਿਹੜੇ ਸਟਾਰਸ ਹੁੰਦੇ ਨੇ ਉਹਨਾਂ ਦਾ ਔਰਾ ਬੜਾ ਵਿਸ਼ਾਲ ਹੁੰਦਾ ਹੈ ਜਿੰਨਾ ਵਿਸ਼ਾਲ ਔਰਾ ਉਹਨਾਂ ਹੀ ਲੋਕਾਂ ਦੇ ਵਿੱਚ ਤੁਹਾਡੀ ਮਕਬੂਲੀਅਤ ਹੈ ਨਾ ਪਰ ਕਿਤੇ ਨਾ ਕਿਤੇ ਜਿਹੜਾ 99% ਆਫ ਵਰਲਡ ਮੈਜਿਸ ਗਲਤੀ ਸੀ ਕਿ ਉਹ ਸਾਨੂੰ ਨਜ਼ਰ ਨਹੀਂ ਆਉਂਦਾ ਤਾਂ ਜਦੋਂ ਇੱਕ ਰੇਕੀ ਮਾਸਟਰ ਜਿਹੜਾ ਹੈ ਉਹ ਹੀਲਿੰਗ ਦਿੰਦੇ ਹੋਏ ਮਹਿਸੂਸ ਕਰਦਾ ਹੈ ਵੀ ਇਹਦੇ ਤੇ ਨੈਗੇਟਿਵ એનર્ਜੀ ਹੈ ਇਹਦੇ ਤੇ ਬਲੈਕ ਮੈਜਿਕ ਹੈ ਇਹਦੇ ਤੇ ਸਪਿਰਟ ਹੈ ਤਾਂ ਤੁਸੀਂ ਕਿਵੇਂ ਡਿਫਰੈਂਸ਼ੀਏਟ ਕਿਵੇਂ ਕਰਦੇ ਹੋ ਐਂਡ ਹਾਊ ਯੂ ਰੈਕਗਨਾਈਜ਼ ਦ ਸੇਮ ਅ ਸੀ ਰੇਕੀ ਜਦੋਂ ਸਾਡੀ ਟ੍ਰੇਨਿੰਗ ਹੁੰਦੀ ਹੈ ਜੀ ਪਹਿਲੇ ਤਾਂ ਸੈਲਫ ਹੀਲਿੰਗ ਵਾਲਾ ਪ੍ਰੋਸੈਸ ਆ ਗਿਆ ਲੈਵਲ 1 ਹੁੰਦਾ ਹੈ ਲੈਵਲ 2 ਜਦੋਂ ਅਸੀਂ ਕਰਦੇ ਹਾਂ that you can heal people through touch ਜਦੋਂ ਟੱਚ ਨਾਲ ਬੰਦੇ ਨੂੰ ਮਹਿਸੂਸ ਕਰਦੇ ਅਗਰ 21 ਦਿਨ ਉਹ ਪ੍ਰੋਸੈਸ ਅਸੀਂ ਸਿੱਦਤ ਨਾਲ ਕੀਤਾ ਹੈ ਥੇਨ ਤੁਹਾਡੇ ਬੋਡੀ ਚ ਹੀ ਉਹ ਔਰਾ ਆ ਜਾਂਦਾ इजीली ਤੁਸੀਂ ਸੈਂਸ ਕਰ ਸਕਦੇ ਹੋ ਬੰਦੇ ਤੇ ਅਗਰ ਨੈਗੇਟਿਵ એનર્ਜੀ ਬਹੁਤ ਜ਼ਿਆਦਾ ਹੈ ਯੂ ਵਿਲ ਫੀਲ that ਤੁਹਾਡੀ ਬੋਡੀ ਗਰਮ ਹੋ ਰਹੀ ਉਲਟਾ ਹੁੰਦਾ ਤੇ ਗੂਸਬੰਮਸ ਆਣ ਲੱਗ ਜਾਂਦੇ ਹੁੰਦਾ ਬੋਡੀ ਤੋ ਤੁਹਾਨੂੰ ਪਤਾ ਚੱਲਦਾ ਹੁੰਦਾ ਹੈ ਬੰਦੇ ਤੇ 네ਗੇਟਿਵ એનર્ਜੀ ਜ਼ਿਆਦਾ ਹੈ ਜਾਂ ਬੰਦੇ ਤੇ એનર્ਜੀ ਹੀ ਬਹੁਤ ਜ਼ਿਆਦਾ ਹੈ ਵਿਚ ਨੀਡਸ ਟੂ ਬੀ ਯੂ نو ਡੈਲਟ ਵਿਦ ਪੋਜ਼ਿਟਿਵ ਤਰੀਕੇ ਨਾਲ ਤੋ ਆਟੋਮੈਟਿਕਲੀ ਬੋਡੀ ਤੇ ਆ ਜਾਂਦਾ ਹੈ ਉਹ ਅਸਰ ਕਈ ਵਾਰ ਇੰਨਾ ਹੁੰਦਾ ਹੈ ਦੈਟ ਇੱਕ ਆਦੇ ਕਲਾਇੰਟ ਆਏ ਮੇਰੇ ਕੋਲ ਪਹਿਲਾਂ ਦੈਟ ਮੇਰੇ ਬੋਡੀ ਤੋਂ ਸਵੇਟ ਆਉਣਾ ਸ਼ੁਰੂ ਹੋ ਗਿਆ ਐਂਡ ਉਹ ਪਹਿਲੀ ਵਾਰ ਹੋਇਆ ਇਟ ਵਾਸ ਨਾਟ ਬਿਕੋਜ਼ ਆਫ ਦਾ ਵੈਦਰ অর ਕੋਈ ਹੋਰ ਰੀਜ਼ਨ ਇਟ ਵਾਸ ਬਿਕਾਜ਼ ਆਫ ਦਾ ਨੈਗੇਟਿਵ ਔਰਾ ਆਫ ਦਾ ਪਰਸਨ ਐ ਪਤਾ ਚੱਲਿਆ ਦੈਟ ਬਲੈਕ ਮੈਜਿਕ ਹੋਇਆ ਬੰਦੇ ਤੇ ਉਹਦੇ ਘਰੇ ਗ੍ਰੇ ਬੰਦੇ ਹੋਏ ਵੈਨ ਆ ਹੈਡ ਅ ਕਨਵਰਸੇਸ਼ਨ ਲੇਟਰ ਤੋਂ ਉਹ ਔਰਾ ਮੈਂ ਨਾਰਮਲ ਜੋ ਕ੍ਰਿਸਟਲ ਹੈ ਉਹਦੇ ਨਾਲ ਕਲੀਅਰ ਕੀਤਾ ਹੁਣ ਮੇਰਾ ਕ੍ਰਿਸਟਲ ਟੁੱਟ ਗਿਆ जी टू रिप्लेस दैट क्रिस्टल हम और एक रेकी मास्टर ਜਿਹੜਾ ਹੈ ਉਹ ਕੀ ਆਪਣੇ ਐਂਜਲਸ ਨਾਲ ਗੱਲਬਾਤ ਕਰ ਸਕਦਾ ਹਾਂ ਟੂ ਅਸਰਟਨੈਸ ਹੈਗਾ ਹੈ बिकॉज ਜਿੰਨਾ ਤੁਹਾਡਾ ਮਨ ਪਿਓਰ ਹੋਊਗਾ ਜਿੰਨਾ ਯੂ ਵਿਲ ਲੀਵ एवरीथिंग ਟੂ ਦਾ ਡਿਵਾਈਨ ਆਟੋਮੈਟਿਕਲੀ ਉਹ ਸਿੰਕ ਤੁਹਾਡੇ ਬਣੇਗਾ ਇਹ ਬਣੇਗਾ ਚਾਹੇ ਉਹ ਐਂਜਲਸ ਨੰਬਰ ਨੇ ਤੁਹਾਡੇ 11.111 ਹੈ ਜਾਂ 888 ਹੈ ਬਟ ਸਿਰਫ ਓਫ ਫੇਥ ਰੱਖਣਾ ਜ਼ਰੂਰੀ ਨਹੀਂ ਨੇ ਫੇਥ ਰੱਖਣ ਦੇ ਨਾਲ ਐਫਰਟ ਕਰਨਾ ਬਹੁਤ ਜ਼ਰੂਰੀ ਹੈ ਇਨ ਦਾ ਰਾਈਟ ਡਾਇਰੈਕਸ਼ਨ ਰੇਕੀ ਤੇ ਡਾਕਟਰ ਮਿਕਾਉ ਉਸੂਈ ਨੇ ਇੱਕ ਹੀ ਚੀਜ਼ ਬੋਲ ਲਈ ਹੈ ਥੈਟ ਈਵਨ ਥੋ ਤੁਸੀਂ ਇੱਕ ਵਾਇਮੀਡੀਓ ਥਰੂ ਦੀ ਯੂਨੀਵਰਸ ਬਟ ਉਹਦੇ ਲਈ ਇੱਕ ਫੀਸ ਚਾਰਜ ਕਰਨੀ ਜ਼ਰੂਰੀ ਹੈ ਜੀ ਬਟ ਉਹ ਫੀਸ ਐਨੀ ਵੀ ਨੇ ਐਗਜ਼ੋਬਰੈਂਟ ਹੋਣੀ ਚਾਹੀਦੀ ਕਿ ਤੁਸੀਂ ਫੀਸ ਤੇ ਹੀ ਫੋਕਸ ਕਰ ਰਹੇ ਤਾਂ ਤੁਹਾਡਾ એનર્ਜੀ ਵਾਲਾ ਪਾਰਟ ਯੂ نو ਕੰਪਰੋਮਾਈਜ਼ ਹੋ ਰਿਹਾ ਵਿਚ ਲੋਟ ਆਫ ਪੀਪਲ ਆਰ ਡੂਇੰਗ ਤੇ ਜਦੋਂ ਅਸੀਂ ਰੇਕੀ ਕਰਦੇ ਆ ਰੇਕੀ ਸਿੱਖਦੇ ਆ ਯੂ ਹੈਵ ਟੂ ਬੀ ਵੈਰੀ ਸਰਟਨ ਥੈਟ ਉਹ ਬੰਦਾ ਜੈਨੂਇਨ ਹੋਏ ਜਿੱਦੋਂ ਤੁਸੀਂ ਸਿੱਖ ਰਹੇ ਹੋ ਐਂਡ ਜਸ ਤਰ੍ਹਾਂ એનર્ਜੀ ਦੇ ਰਹੇ ਹੋ ਕਈ ਵਾਰ ਉਹ એનર્ਜੀ ਲੱਗਦੀ ਹੈ ਕਈ ਵਾਰ ਨਹੀਂ ਲੱਗਦੀ ਨਹੀਂ ਲੱਗਦੀ ਮੀਨਸ ਬੰਦੇ ਦਾ ਫੋਕਸ ਹੋਰ ਪਾਸੇ ਅਦਰ ਦਨ ਹੀਲਿੰਗ ਤਾਂ ਇਹ ਚੀਜ਼ਾਂ ਅਸੀਂ ਲੈ ਕੇ ਚੱਲਣੀ ਆ ਸਿንስ એનર્ਜੀ ਐਕਸਚੇਂਜ ਅਗਰ ਬੰਦੇ ਨੂੰ ਅਸੀਂ ਰੇਕੀ ਦੇ ਰਹੇ ਆ ਮੁਫਤ ਚ ਨਹੀਂ ਦੇਣੀ ਚਾਹੇ ਉਹ ਪਾਣੀ ਦਾ ਗਲਾਸ ਲੈ ਲਓ ਉਸ ਤੋਂ ਚਾਹੇ ਕੌਫੀ ਦਾ ਕੱਪ ਪੀ ਲਓ ਚਾਹ ਦਸ ਸਮਥਿੰਗ ਇਨ ਰਿਟਰਨ ਸਮਥਿੰਗ ਇਨ ਰਿਟਰਨ ਉਹ ਜ਼ਰੂਰੀ ਜਦੋਂ ਇੱਕ ਰੇਗੀ ਮਾਸਟਰ ਹੀਲਿੰਗ ਕਰਦਾ ਹੈ ਮੰਨ ਲਓ ਵੀ ਆਪਾਂ ਕਹਿੰਦਾ ਵੀ ਅਸੀਂ ਤੁਹਾਨੂੰ ਰੇਗੀ ਦੇਤੀ ਤੇਰੇ ਕੋਲ ਗੁੱਡ ਵਾਈਬ੍ਰੇਸ਼ਨਸ ਆ ਗਈਆਂ ਜਾਂ ਪਿਉਰੀਫਾਈ ਕਰਤਾ ਅਸੀਂ ਤੇਰੇ ਔਰਾ ਨੂੰ ਤੇ ਇਸ ਤੋਂ ਉਲਟ ਜੇ ਕੋਈ ਬੰਦਾ ਖਾਏ ਵੀ ਮੈਨੂੰ ਦਿਖਾਓ ਤਾਂ ਕਈ ਵਾਰੀ ਜਦੋਂ ਰੇਗੀ ਮਾਸਟਰ ਉਹ ਟੇਬਲ ਦੇ ਨਾਲ ਹੀਲਿੰਗ ਕਰਦੇ ਆ ਤਾਂ ਨਿਚੋੜਦੇ ਆ ਤਾਂ ਪਾਣੀ ਕਾਲਾ ਹੋ ਜਾਂਦਾ ਹੈ ਇਹ ਕਿਦਾਂ that is true because ਉਹ ਨੈਗੇਟਿਵ એનર્ਜੀ ਬੋਡੀ ਦੀ ਤੁਹਾਡੀ ਇਸ ਦਾ ਟਾਵਲ ਉਹਦੇ ਵਿੱਚ ਆ ਜਾਂਦੀ ਹੈ ਸਮਾ ਜਾਂਦੀ ਹੈ ਐਂਡ ਆਟੋਮੈਟਿਕਲੀ ਯੂ ਵਿਲ ਸੀ ਦੈਟ ਉਹ ਟਾਵਲ ਕਾਲਾ ਹੋਣ ਲੱਗ ਜਾਂਦਾ ਪਾਣੀ ਜਦੋਂ ਤੁਸੀਂ ਨਿਚੋੜੋਗੇ ਉਹ ਡਰਟ ਉਹ ਜੋ ਔਰਾ ਹੈ ਤੁਹਾਡਾ 네ਗੇਟਿਵ ਔਰਾ ਉਹਦੇ ਵਿੱਚ ਆ ਜਾਂਦਾ ਜੀ ਇਟ ਇ ਨਿੰਬੂ ਨਾਲ ਵੀ ਹੁੰਦਾ ਮੈਨੀ ਟਾਈਮਸ ਯੂ ਵਿਲ ਸੀ ਦੈਟ ਲੋਕ ਉਪਾਏ ਕਰਦੇ ਨੇ ਐਂਡ ਵੈਨ ਦੇ ਕੱਟ ਦ ਲੈਮਨ ਅਗਰ ਤੁਹਾਡੀ 네ਗੇਟਿਵ એનર્ਜੀ ਨਿੰਬੂ ਤੁਹਾਡਾ ਕਾਲਾ ਹੋਣ ਲੱਗ ਜਾਂਦਾ ਜਾਂ ਲਾਲ ਹੋ ਜਾਂਦਾ ਇਟ ਹੈਪਨਸ ਤੁਹਾਡੇ ਐਕਸਪੀਰੀਅੰਸ ਕੋਈ ਇਸ ਤਰ੍ਹਾਂ ਦਾ ਕਿਹੜਾ ਕਿੱਸਾ ਹੈ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋਗੇ ਵੀ ਤੁਸੀਂ ਹੀਲਿੰਗ ਦਿੱਤੀ ਹੋਵੇ ਤੇ ਇਸ ਇਸ ਤਰ੍ਹਾਂ ਨਾਲ ਹੋਇਆ ਹੋਵੇ ਅਲਬੀ ਬਰੀ ਓਨੈਸਟ ਟਾਵਲ ਵਾਲਾ ਕਨਸੈਪਟ ਮੈਂ ਆਈਵ ਮੈਂ ਸੁਣਿਆ ਲੋਕਾਂ ਤਾਂ ਖੁਦ ਨਹੀਂ ਕੀਤਾ ਬਟ ਇੱਕ ਕ੍ਰਿਸਟਲ ਟੁੱਟਣੇ ਵਾਲਾ ਤਾਂ ਬਹੁਤ ਵਾਰ ਹੋ ਚੁਕੇ ਮੇਰੇ ਨਾਲ ਐਂਡ ਦੈਟ ਇਟ ਵਰਕਡ ਮਿਰਕਲਸ ਐਕਚੁਅਲੀ ਕਿਸੇ ਦਾ ਗ੍ਰਹਿ ਬੰਦੇ ਹੋਏ ਤੇ ਸ਼ਾਦੀ ਰਿਲੇਟਡ ਤੇ ਉਹ ਬਲੈਕ ਮੈਜਿਕ ਹੋਇਆ ਹੋ ਸੀ ਐਂਡ ਦੈਨ ਕ੍ਰਿਸਟਲ ਹੀਲਿੰਗ ਵਾਸ ਗਿਵਨ ਐਂਡ ਟਿਪੀਕਲੀ ਰੋਜ਼ ਕ੍ਰਿਸਟਲ ਯੂਜ਼ ਕੀਤਾ ਸੀ ਬਿਕੋਜ਼ ਉਹ ਲਵ ਕਾਈਂਡਨੈਸ ਨੂੰ ਨਰਚਰ ਕਰਦਾ ਹੈ ਐਂਡ ਉਹ ਕ੍ਰਿਸਟਲ ਉਹ ਰੋਜ਼ ਕ੍ਰਿਸਟਲ ਵੀ ਟੁੱਟ ਗਿਆ ਸੀ ਇਨ ਬਿਟਵੀਨ ਆਈ ਹੈਡ ਟੂ ਰਿਪਲੇਸ ਦਾ ਕ੍ਰਿਸਟਲ ਥੈਟ એનર્ਜੀ ਜਦੋਂ ਉਹ ਟ੍ਰਾਂਸਮਿਟ ਹੋਈ ਉਹਦੇ ਮਹੀਨੇ ਡੇਢ ਬਾਅਦ ਹੀ ਬੰਦੇ ਦਾ ਫੋਨ ਆ ਗਿਆ ਮੈਂ ਮੈਨੇ ਗ੍ਰਹਿ ਨਿਕਲ ਗਏ ਨੇ ਮੇਰੇ ਐਂਡ ਨਾਓ ਆਈ ਹੈਵ ਗਾਟ ਇੰਗੇਜਡ ਵਾਓ ਸੋ ਦੈਟਸ ਵਾਟ ਹੈਪਨਡ ਤੇ ਜਦੋਂ ਆਪਾਂ ਕ੍ਰਿਸਟਲਸ ਦੀ ਗੱਲ ਕਰੀਏ ਮੈਮ ਤੇ ਕ੍ਰਿਸਟਲਸ ਨੂੰ ਕਿਵੇਂ ਦੇਖਿਆ ਜਾਵੇ ਵੀ ਠੀਕ ਨੇ ਗਲਤ ਨੇ ਕਿਉਂਕਿ ਹੁਣ ਜਿਵੇਂ ਗ੍ਰੀਨ ਵੈਂਚਰਾਇਨ ਦੀ ਗੱਲ ਕੀਤੀ yellow ਵੈਂਚਰਾਇਨ ਦੀ ਗੱਲ ਕੀਤੀ ਜਾਂ ਰੋਜ਼ ਕੁਆਰਟਸ ਤੁਸੀਂ ਹੁਣੇ ਕਾਟ ਕੀਤਾ ਤੇ ਇਸ ਤਰ੍ਹਾਂ ਦੇ ਹੁਣ ਬਹੁਤ ਸਾਰੇ ਜਿਹੜੇ ਸਟੋਨਸ ਐ ਜਾਂ ਕ੍ਰਿਸਟਲਸ ਐ ਸੈਮੀ ਪ੍ਰੇਸ਼ੀਅਸ ਸਟੋਨਸ ਉਹ ਮਾਰਕੀਟ ਚ ਅਵੇਲੇਬਲ ਨੇ ਤਾਂ ਮੈਨੂੰ ਕਈ ਵਾਰ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਵੀ ਉਹ ਨੇਗਡ ਹੱਥਾਂ ਨਾਲ ਹੀ ਉਹਨੂੰ ਚੱਕੀ ਜਾਣਗੇ ਕੋਈ ਵੀ ਚੱਕ ਕੇ ਪਾ ਲੇਗਾ ਤੇ ਉਹ ਯਾ ਤਾਂ ਫਿਰ ਕ੍ਰਿਸਟਲ ਹੀ ਫੇਕ ਹੁੰਦੇ ਨੇ ਔਰ ਉਹ ਬੜੇ ਮੈਨੂੰ ਲੱਗਦਾ ਕੋਈ 90 ਰੁਪਏ ਦਾ ਕੋਈ 100 ਰੁਪਏ ਦਾ 200 ਰੁਪਏ ਦਾ ਕੀ ਇਹ ਬਾਕੀ ਇਹਨੇ ਸਸਤੇ ਆ ਜੀ ਸਸਤੇ ਹੁੰਦੇ ਆ ਤਾਂ ਇਹਨਾਂ ਦੀ ਅਸਲੀ ਹੋਣ ਦੀ ਪਛਾਣ ਕੀ ਕੀ ਹੈ ਕਿੱਥੋਂ ਐਕਚੁਅਲੀ ਆਉਂਦੇ ਨੇ ਔਰ ਕੀ ਕੋਈ ਸਰਟੀਫਾਈਡ ਸਟੋਨਸ ਜਾਂ ਕ੍ਰਿਸਟਲਸ ਵੀ ਹੁੰਦੇ ਆ ਸੋ ਇਹਦੇ ਬਾਰੇ ਦੱਸੋ This is a very good question actually because crystal ਦੀ ਪਛਾਣ ਹੋਣੀ ਬਹੁਤ ਜ਼ਰੂਰੀ because 90% people crystal ਦੇ ਨਾਂ ਤੇ ਸਿਰਫ ਗਲਾਸ ਵੇਚ ਰਹੇ ਨੇ ਹਮ ਇੱਕ ਤਾਂ ਕ੍ਰਿਸਟਲ ਦੀ ਜੋ ਰਿਫ੍ਰੈਕਸ਼ਨ ਹੁੰਦੀ ਉਹ the quality of crystal नो क्रिस्टल जो चंगी क्वालिटी ਦਾ ਹੈ ਤੁਹਾਨੂੰ 90 100 ਰੁਪਏ ਤੇ ਮਿਲੇਗਾ 10000s ਹਮ ਰਾਈਟ ਐਂਡ ਜਿੰਨਾ ਹਾਇਰ ਪ੍ਰਾਈਸ ਹੈ ਉਹਨਾਂ ਬੈਟਰ ਤੇ ਕਲੀਅਰ क्रिस्टਲ ਹੋਗਾ ਐਗਜੈਕਟਲੀ ਜਿਵੇਂ ਡਾਇਮੰਡ ਦੀ ਰिफ्रैक्शन ਹੁੰਦੀ ਹੈ ਵੈਦਰ ਆਸਰ ਕੋਨ ਹੈ ਜਾਂ ਡਾਇਮੰਡ ਇਟਸ ਸੇਮ ਥਿੰਗ ਕਿਉਂਕਿ ਉਹ ਵੀ ਪ੍ਰਿਜ਼ਮ ਹੀ ਬਣਦਾ ਹਮ ਐਂਡ ਅਨਦਰ ਥਿੰਗ ਇਜ਼ ਦਟ ਜੋ ਟੁਡਾ ਟ੍ਰिपल ए ਗ੍ਰੇਡ ਦੇ क्रिस्टਲ ਨੇ ਉਹੀ ਅਸਲੀ ਪਛਾਣ ਆ ਤੁਹਾਡੀ ਕ੍ਰਿਸਟਲ ਦੀ ਉਹ ਪ੍ਰੋਪਰ ਸਰਟੀਫਿਕੇਸ਼ਨ ਆਉਗੀ ਫਰੋਂ ਬਿਹਾਈਂਡ ਥੈਟ ਇਹ ਕ੍ਰਿਸਟਲ ਹੈ ਇਹ ਡਿਸਕ੍ਰਿਪਸ਼ਨ ਹੈ ਇਹਦਾ ਇਨੇ ਵੈਲਿਡਿਟੀ ਹੈ ਤੇ ਇਨੇ ਪਿਓਰਿਟੀ ਤੇ ਕਲੈਰਿਟੀ ਹੈ ਦੋ ਜ਼ਿਆਦਾ ਕ੍ਰਿਸਟਲਸ ਤੋਂ ਜਿਵੇਂ ਜਿਹੜੇ ਪ੍ਰੈਸ਼ੀਅਸ ਸਟੋਨਸ ਹੈਗੇ ਮੰਨ ਲਓ ਨੀਲਮ ਹੈ ਜਾਂ ਫਿਰੋਜ਼ਾ ਹੈ ਤਾਂ ਇਹਨਾਂ ਦੀ ਪਛਾਣ ਹੈ ਜਿਵੇਂ ਨੀਲਮ ਰਿਗਾਰਡਿੰਗ ਕਿਹਾ ਜਾਂਦਾ ਹੈ ਵੀ ਤੁਸੀਂ ਫੁੱਲ ਮੂਨ ਡੇ ਦੇ ਵਿੱਚ ਇੱਕ ਕਟੋਰੇ ਦੇ ਵਿੱਚ ਕੱਚੀ ਲੱਸੀ ਲੈ ਕੇ ਉਹਦੇ ਵਿੱਚ ਉਹਨੂੰ ਡਿਪ ਕਰੋ ਤੇ ਜੇ ਉਹ ਜਿਹੜੀ ਕੱਚੀ ਲੱਸੀ ਹੈ ਉਹ ਬਲੂ ਸ਼ੇਡ ਦੀ ਹੋ ਜਾਂਦੀ ਹੈ ਤਾਂ ਇਹ ਉਸ ਦੇ ਪਿਓਰ ਹੋਣ ਦੀ ਪਛਾਣ ਹੈ ਇਸੇ ਤਰ੍ਹਾਂ ਡਾਇਮੰਡ ਹੈ ਡਾਇਮੰਡ ਦੇ ਰੇਸ਼ਿਆਂ ਦੇ ਹਿਸਾਬ ਨਾਲ ਹੁੰਦਾ ਹੈ ਵੇ ਦੇੰਨੇ ਰੇਸ਼ੇ ਨੇ ਤਾਂ ਕੀ ਇਹਨਾਂ ਦਾ ਵੀ ਮੰਨ ਲਓ ਕਿਸੇ ਬੰਦੇ ਨੂੰ ਸਰਟੀਫਿਕੇਸ਼ਨ ਦਾ ਵੀ ਨਹੀਂ ਪਤਾ ਪਰ ਉਹਨੇ ਵੈਸੇ ਹੀ ਸਟੋਨ ਦੀ ਪਛਾਣ ਕਰਨੀ ਹੈ ਉਹ ਕਿਵੇਂ ਕਰੇਗਾ ਉਹਦੇ ਫਿਰ ਟ੍ਰਿਪਲ ਏ ਗ੍ਰੇਡ ਉੱਤੇ ਮਾਰਕਡ ਹੋਗਾ ਕਿ ਇਹ ਟ੍ਰਿਪਲ ਏ ਗ੍ਰੇਡ ਦਾ ਸਟੋਨ ਹੈ ਏ ਕ੍ਰਿਸਟਲ ਹੈ ਟ੍ਰਿਪਲ ਏ ਗ੍ਰੇਡ ਦਾ ਉਹੀ ਲੈਣਾ ਹੈ ਆਦਰਵਾਇਜ਼ ਆਥੈਂਟਿਸਿਟੀ ਕੁਐਸਚਨ ਮਾਰਕ ਹੈ ਜ਼ਿਆਦਾਤਰ ਜੈਮਸ ਐਂਡ ਜੁਐਲਰੀਸ ਤੁਹਾਡੀ ਸਾਰੀ ਜੈਪੁਰ ਤੋਂ ਆ ਰਹੀ ਹੈ ਬਟ ਉੱਥੇ ਵੀ ਫੇਕ ਬਹੁਤ ਕੁਝ ਹੈ ਸੋ ਦਾ ਓਨਲੀ ਥਿੰਗ ਇਜ਼ ਦਾ ਗ੍ਰੇਡਿੰਗ ਆਫ ਦਾ ਕ੍ਰਿਸਟਲ ਦਾ ਟ੍ਰਿਪਲ ਏ ਗ੍ਰੇਡ ਦਾ ਜੋ ਕ੍ਰਿਸਟਲ ਹੈ ਉਹੀ ਲਾਣਾ ਜੀ ਤੁਸੀਂ ਹੀਲਿੰਗ ਵਾਸਤੇ ਕਿਹੜੇ ਕਿਹੜੇ ਕ੍ਰਿਸਟਲਸ ਯੂਜ਼ ਕਰਦੇ ਹੋ ਆ ਜਨਰਲੀ ਮੇਰਾ ਸਭ ਤੋਂ ਜ਼ਿਆਦਾ ਤਾਂ ਜੋ ਆਲਮੋਸਟ ਹਰ ਇੱਕ ਹੀਲਿੰਗ ਚ ਯੂਜ਼ ਹੋ ਰਿਹਾ ਹੈ ਦਾ ਨੈਚੁਰਲ ਜੋ ਪਿਓਰ ਕ੍ਰਿਸਟਲ ਹੈ ਜੋ ਟ੍ਰਾਂਸਪੇਰੈਂਟ ਜਿਹਾ ਹੁੰਦਾ ਉਹ ਕ੍ਰਿਸਟਲ ਰੋਜ਼ ਕ੍ਰਿਸਟਲ ਹੋ ਰਿਹਾ ਹੈ ਅਗਰ ਲੋਕਾਂ ਨੂੰ ਰਿਲੇਸ਼ਨਸ਼ਿਪ ਇਸ਼ੂਜ਼ ਆ ਰਹੇ ਨੇ ਲਵ ਰਿਲੇਟਿਡ ਇਸ਼ੂਜ਼ ਆ ਰਹੇ ਨੇ ਨਰਚਰੈਂਸ ਨਹੀਂ ਹੋ ਰਹੀ ਆਸ-ਪਾਸ ਇਵਨ ਮਦਰ ਚਾਈਲਡ ਬੌਂਡ ਫਾਦਰ ਮਦਰ ਬੌਂਡ ਉੱਥੇ ਵੀ ਇਹ ਰੋਜ਼ ਕ੍ਰਿਸਟਲ ਕੰਮ ਆਂਦਾ ਹੈ ਅਗਰ ਨਫ਼ਰਤ ਪੈਦਾ ਹੋ ਰਹੀ ਆਪਸ 'ਚ ਦੈਨ ਆਲਸੋ ਹੀਲਿੰਗ ਲਈ ਯੂਜ਼ ਹੋ ਰਹੇ ਨੇ ਜੇਡ ਕ੍ਰਿਸਟਲ ਮੈਂ ਯੂਜ਼ ਕਰਦੀ ਹਾਂ ਜਦੋਂ ਬੰਦੇ ਦਾ ਲੱਕ ਫੇਵਰ ਨਹੀਂ ਕਰ ਰਿਹਾ ਵੈਲਬੀਇੰਗ ਰਿਲੇਟਿਡ ਇਸ਼ੂਜ਼ ਨੇ ਹੈਲਥ ਰਿਲੇਟਿਡ ਇਸ਼ੂ ਜੇਡ ਉਹ ਹਰੇ ਰੰਗ ਦਾ ਹੁੰਦਾ ਹੈ ਦੈਟ ਇਜ਼ ਜੇਡ ਐਂਡ ਯੂ ਵਿਲ ਰਿਅਲਾਈਜ਼ ਦੈਟ ਅਗਰ ਜੋਛੀ ਕੋਲ ਵੀ ਜਾਓ ਅਗਰ ਤੁਹਾਡੇ ਹੈਲਥ ਰਿਲੇਟਿਡ ਕੋਈ ਇਸ਼ੂ ਹੋ ਜੋ ਜੇਡ ਕ੍ਰਿਸਟਲ ਉਹ ਐਮਰਲਡ ਹੀ ਦੇਗਾ ਤੁਹਾਨੂੰ ਉਹ ਵੀ ਜੇਡ ਇਨ ਅ ਵੇ ਜੇਡ ਕ੍ਰਿਸਟਲ ਹੀ ਇਟਸ ਅ ਹਾਇਰ ਫਾਰਮ ਆਫ ਜੇਡ ਕ੍ਰਿਸਟਲ ਸੇਮ ਵੇ ਤੁਹਾਡਾ ਜੋ ਸੈਲਫ ਮੋਟੀਵੇਸ਼ਨ ਲਈ ਹੈ ਉਹ ਟਾਈਗਰ ਕ੍ਰਿਸਟਲ ਹੈ ਬੇਸਿਕਲੀ ਦਾ ਟਾਈਗਰ ਆਏ ਤੇ ਅਗਰ ਬੰਦਾ ਬਹੁਤ ਹੀ ਕੌਨਫੀਡੈਂਸ ਦੀ ਕਮੀ ਹੈ ਆਪਣੇ ਆਪ ਨੂੰ ਚੱਕ ਨਹੀਂ ਪਾ ਰਿਹਾ ਹੈ ਰਾਈਟ ਡੀਮੋਟੀਵੇਟਿਡ ਫੀਲ ਕਰ ਰਿਹਾ ਹੈ ਦੈਨ ਟਾਈਗਰ ਆਇ ਕ੍ਰਿਸਟਲ ਇਜ਼ ਵਨ ਆਫ ਦਾ ਬੈਸਟ ਕ੍ਰਿਸਟਲਸ ਟੂ ਯੂਜ਼ ਜੀ ਕੁਝ ਇਸ ਤਰ੍ਹਾਂ ਦੀ ਕ੍ਰਿਸਟਲਸ ਵੀ ਹੈਗੇ ਜਿਹੜਾ ਤੁਹਾਡਾ ਆਰਾ ਲੌਕ ਕਰਨ ਦੇ ਕੰਮ ਆਉਂਦੇ ਆ 21 ਟਰਮੇਲਿਨ ਇਹਨਾਂ ਵਿੱਚੋਂ ਇੱਕ ਹੈ ਯੈਸ ਐਬਸੋਲੂਟਲੀ ਟਰਮਲਿਨ ਇਜ਼ ਵਨ ਆਫ them ਤੋ ਤੁਹਾਡਾ ਔਰਾ ਇੰਟੈਕਟ ਕਰਕੇ ਰੱਖਦਾ ਐਸ ਇਨ ਦਿਸ ਬਿਕੋਜ਼ ਜਦੋਂ ਤੁਸੀਂ ਰੇਕੀ ਵੀ ਦਿੰਦੇ ਹੋ એનર્ਜੀ ਫਲੋ ਨਹੀਂ ਕਰਨੀ ਚਾਹੀਦੀ ਯੂ ਹੈਵ ਟੂ ਲੈਟ ਦੀ એનર્ਜੀ ਬੀ ਸੈਂਟ੍ਰਿਕ ਅਦਰਵਾਈਜ਼ ਤੁਹਾਡੀ એનર્ਜੀ ਬਾਡੀ ਤੋਂ ਸਾਰੀ ਨਿਕਲ ਗਈ ਤੋ ਯੂ ਵਿਲ ਡਾਈ ਐਟ ਵਨ ਪੁਆਇੰਟ ਇਨ ਟਾਈਮ ਤਾਂ ਉਹ ਕੰਟੇਨ ਕਰ ਦੇ ਕਰਕੇ ਰੱਖਦਾ ਹੈ ਦੈਟ ਇਜ਼ ਵੈਰੀ ਟਰੂ ਐਂਡ ਇੱਕ ਹੋਰ ਕ੍ਰਿਸਟਲ ਵਿਚ ਆਈ ਜਨਰਲੀ ਯੂਜ਼ ਵੈਰੀ ਆਫਨ ਉਹ ਤੁਹਾਡਾ ਐਮੇਥਿਸਟ ਦੈਟ ਇਜ਼ ਅ ਪਰਪਲ ਰੰਗ ਦਾ ਕ੍ਰਿਸਟਲ ਐਗਜ਼ੈਕਟਲੀ ਰਾਈਟ ਤਾਂ ਅਗਰ ਤੁਹਾਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈ ਜਾਂ ਐਂਗਜ਼ਾਇਟੀ ਹੈ ਜਾਂ ਨੀਂਦ ਨਹੀਂ ਆਉਂਦੀ ਜਾ ਤੁਹਾਡੀ ਬਾਣੀ ਦਾ ਕਰ ਕੈਸ ਯੈਸ ਐਗਜ਼ੈਕਟਲੀ ਸੋ ਦੈਨ ਵੀ ਯੂਜ਼ ਥੈਟ ਪਰਪਲ ਕ੍ਰਿਸਟਲ देयर ਐਂਡ ਸਪਿਰਚੁਅਲ ਅਵੇਕਨਿੰਗ ਕਰਾਨਾ ਹੈ ਬੰਦੇ ਨੂੰ ਮੈਡੀਟੇਸ਼ਨ ਕਰਾਨਾ ਹੈ ਕਨਸੈਂਟਰੇਸ਼ਨ ਦੈਨ ਐਮੈਥਸਟ ਯੂਜ਼ ਹਾਂ ਅੱਛਾ ਇਸ ਤੋਂ ਬਾਅਦ ਕੋਈ ਤੁਹਾਡੇ ਕੋਲ ਇਸ ਤਰ੍ਹਾਂ ਦਾ ਵੀ ਕੋਈ ਕਲਾਇੰਟ ਆਇਆ ਵੀ ਜਿਸ ਨੇ ਕਿਹਾ ਵੀ ਮੈਂ ਤਾਂ ਰੋਹਾਨੀਅਤ ਵਾਲੇ ਫੀਲਡ ਵਿੱਚ ਐਕਸੈਲ ਕਰਨਾ ਹੈ ਤੇ ਮੇਰਾ ਕ੍ਰਾਊਨ ਚੱਕਰ ਆ ਜਾਂ ਥਰਡ ਆਈ ਨੂੰ ਮਜ਼ਬੂਤ ਕਰਨ ਲਈ ਕੁਝ ਕਰੋ ਯਾ ਕ੍ਰਾਊਨ ਤੇ ਥਰਡ ਆਈ ਬੇਸਿਕਲੀ ਇਹ ਇਨਾਂ ਦੇ ਜੋ ਕਲਰਸ ਨੇ ਉਹ ਇੰਡੀਗੋ ਤਾਂ ਵਾਇਲਟ ਨੇ ਸੋ ਵੀ ਜਨਰਲੀ ਯੂਜ਼ ਆਈਦਰ ਦੋਸ ਕਲਰ ਕ੍ਰਿਸਟਲਸ ਫਾਰ ਥੈਮ ਜਾਂ ਵਾਈਟ ਲਾਈਟ ਵਾਈਟ ਲਾਈਟ ਅਸੀਂ ਯੂਜ਼ ਕਰਦੇ ਨੇ ਉਸ ਏਰੀਆ ਨੂੰ ਐਕਸੈਂਚੂਏਟ ਕਰਨ ਲਈ ਤੇ ਪਾਵਰ ਦੇਣ ਲਈ ਕਿਉਂਕਿ ਜਦੋਂ ਅਸੀਂ ਰੇਕੀ ਦਾ ਤੀਸਰਾ ਲੈਵਲ ਕਰਦੇ ਗ੍ਰੈਂਡ ਮਾਸਟਰਸ਼ਿਪ ਜੋ ਸਾਡਾ ਟੀਚਰ ਹੁੰਦਾ ਆਟੋਮੈਟਿਕਲੀ ਅਸੀਂ ਉਹ ਸਾਨੂੰ ਅਟਿਊਨ ਕਰਦਾ ਹੈ ਵਿਦ ਪਾਵਰ ਇਨਸਾਈਡ ਦਾ ਕ੍ਰਾਊਨ ਓਨਲੀ ਫੋਰ ਦ ਰੇਕੀ ਟੂ ਫਲੋ ਬਿਕੋਜ਼ એનર્ਜੀ ਨੀਚੇ ਤੋਂ ਉੱਤੇ ਨਹੀਂ ਜਾਂਦੀ ਉੱਤੇ ਤੋਂ ਥੱਲੇ ਥੱਲੇ ਆਉਂਦੀ ਹੈ ਬਿਲਕੁਲ ਅੱਛਾ ਜਿਸ ਤਰ੍ਹਾਂ ਕੁਝ ਲੋਕ ਨੇ ਜਿਹੜੇ ਅੱਜ ਕੱਲ ਰੇਕੀ ਦੇ ਨਾਮ ਤੇ ਜਿਨ੍ਹਾਂ ਨੇ ਇੱਕ ਬਿਜ਼ਨਸ ਬਣਾ ਲਿਆ ਤਾਂ ਉਹ ਲੋਕਾਂ ਨੂੰ ਲੁੱਟਖੋਵੀ ਕਰਦੇ ਆ ਯਾ ਖਾਸੇ ਵਾਲੀ ਗੱਲ ਹੈ ਵੀ ਉਹ ਪੋਡਕਾਸਟ ਵਚਾਂਡ ਲੱਗੇ ਬਹੁਤ ਜ਼ਿਆਦਾ ਵਾਰ-ਵਾਰ ਲੋਕਾਂ ਨੂੰ ਐਵੇਂ ਕਰਨਾ ਆ ਜਾਂ ਆਪਣਾ ਕਿਤੇ ਪੈਸੇ ਦੇ ਕੇ ਪ੍ਰੋਗਰਾਮ ਪਾਰਟਿਕੂਲਰਲੀ ਸ਼ੁਰੂ ਕਰ ਲੈਣਾ ਮਤਲਬ ਇਹ ਵੀ ਉਦਾਂ ਹੀ ਹੈ ਵੀ ਜਿੰਨਾ ਦਿਖੋਗੇ ਓਤਨਾ ਵਿਕੋਗੇ ਤੇ ਜਿੰਨਾ ਨਜ਼ਰ ਆਓਗੇ ਤੇ ਉਹਨਾਂ ਲੋਕੀ ਫੋਕਸ ਹੋਣਾ ਸ਼ੁਰੂ ਹੋ ਜਾਣਗੇ ਤੁਹਾਡੇ ਵੱਲ ਸੋ ਇੱਥੇ ਹਿਪਨੋਟਿਜ਼ਮ ਦਾ ਕਨਸੈਪਟ ਆਂਦਾ ਤੇ ਟੈਲੀਪੈਥੀ ਦਾ ਕਨਸੈਪਟ ਆਂਦਾ ਇੱਥੇ ਤੁਹਾਡੇ ਪਿਛਲੇ ਜਿਹੜੇ ਜਨਮ ਨੇ ਉਹਨਾਂ ਨੂੰ ਦੇਖਣ ਦਾ ਦਾਵਾ ਕੀਤਾ ਜਾਂਦਾ ਕਿs ਹੱਦ ਤੱਕ ਸਹੀ ਹੈ ਇਹ ਆਲਬੀ ਵੈਰੀ ਆਨਰਸਟ ਪਾਸਟ ਲਾਈਫ ਰਿਗਰੈਸ਼ਨ ਥੈਰੇਪੀ ਹੁੰਦੀ ਹੈ ਐਂਡ ਲੋਕੀ ਐਟਲੀਸ ਫੋਰਨ ਚ ਜਿੰਨੀ ਰਿਸਰਚ ਹੋਈ ਹੈ देयर इज अ ਵੈਰੀ ਨਾਈਸ ਬੁੱਕ ਬਾਈ ਡਾਕਟਰ ਬ੍ਰੈਨਵਰਸ many lives very masters ਜੀ ਉਹਨੇ ਆਥੈਂਟਿਕਲੀ ਰਿਸਰਚ ਪ੍ਰੂਵ ਕੀਤੀ ਹੈ ਥੈਟ ਪਾਸਟ ਲਾਈਫ ਪੋਸੀਬਲ ਹੈ ਲੇਕਿਨ ਸਾਨੂੰ ਇੱਕ तरीके ਨਾਲ ਪਾਸ ਲਾਈਫ ਤੇ ਬੰਦੇ ਨੂੰ ਲਿਜਾਣਾ ਪੈਂਦਾ ਹੈ देयर इज अ process बिकॉज ਕੌਨਸ਼ੀਅਸ ਲੈਵਲ ਤੋਂ ਅਸੀਂ ਡਿਸ ਅਸੋਸੀਏਟ ਕਰਕੇ ਬੰਦੇ ਨੂੰ ਸਬ ਕੌਨਸ਼ੀਅਸ ਤੇ ਅਨ ਕੌਨਸ਼ੀਅਸ ਤੱਕ ਲੈ ਕੇ ਜਾਣਾ ਹੈ 99.9% ਬੰਦਿਆਂ ਨੂੰ ਆਂਦਾ ਹੀ ਨਹੀਂ ਹੈ process ਇਟ ਇਸ ਵੈਰੀ ਅਨਫੋਰਚੁਨੇਟ ਉਹ ਦਾਵਾ ਜ਼ਰੂਰ ਕਰਦੇ ਹੁੰਦਾ ਹੀ ਨਹੀਂ ਐਂਡ ਮੈਂ ਇਸ ਤਰ੍ਹਾਂ ਦੇ ਕੇਸਿਸ ਦੇਖੇ ਇਨਕਸਪੀਰੀਅੰਸ ਬੰਦੇ ਕਰ ਰਹੇ ਨੇ ਬੰਦੇ ਨੂੰ ਸਬ ਕੌਨਸ਼ੀਅਸ ਲੈਵਲ ਤੇ ਪਾ ਕੇ ਉਹਨੂੰ ਬਾਹਰ ਹੀ ਨਹੀਂ ਕੱਢਣਾ ਆਂਦਾ to come back to the consciousness ਐਵੇਂ ਦੇ ਕੇਸਸ ਵੀ ਹੋ ਚੁੱਕੇ ਨੇ ਸੋ ਮੈਂ ਤਾਂ ਲੋਕਾਂ ਨੂੰ ਇਹ ਕਾਵਾਂਗੀ ਪਹਿਲੇ ਬੰਦਿਆਂ ਦੀ ਸਰਟੀਫਿਕੇਸ਼ਨ ਦੇਖੋ ਡਿਗਰੀਆਂ ਦੇਖੋ authenticity ਦੇਖੋ ਤਦੈ ਹੀ ਜਾਓ towards hypnotism ਜੀ ਇਟ ਇਜ਼ ਮੋਰ ਆ ਫਾਸਾਡ ਵਾਟ ਆਈ ਫੀਲ ਅਦਰ than authentic ਤਰੀਕੇ ਨਾਲ ਕੀਤਾ ਜਾਏ ਐਂਡ ਰੇਕੀ ਦੇ ਵੀ ਉਹੀ ਹਾਲ ਨੇ ਤੁਸੀਂ ਉਸ ਵੈਬ 'ਚ ਫਸਣਾ ਨਹੀਂ ਹੈ ਜੋ ਬੰਦੇ ਦਿਖਾਵਾ ਜ਼ਿਆਦਾ ਕਰ ਰਹੇ ਨਹੀਂ ਐਕਚੁਅਲੀ ਨੀਡ ਟੂ ਸੀ ਕਿ ਅਸਲ ਵਿੱਚ ਉਹਨਾਂ ਦੀ ਸਕਸੈਸ ਸਟੋਰੀਜ਼ ਹੈਗੀਆਂ ਵੀ ਐ ਕਿ ਨਹੀਂ ਹੈ ਕਿ ਦੇ ਆਰ ਜਸਟ ਅ ਕਮਰਸ਼ੀਅਲ ਥਿੰਗ ਐਗਜ਼ੈਕਟਲੀ ਕਈ ਵਾਰੀ ਨਾ ਗੱਲਾਂ ਦਾ ਕੜਾਹ ਬਹੁਤ ਜ਼ਿਆਦਾ ਬਣਾਇਆ ਜਾਂਦਾ ਹੈ ਵੀ ਅਸੀਂ ਅੱਛੀਆਂ ਸਪਿਰਿਟਸ ਨੂੰ ਬੁਲਾ ਕੇ ਤੁਹਾਡੀ ਹੈਲਪ ਵਾਸਤੇ ਕਰ ਲਾਂਗੇ ਉਹ ਵੀਜੋ ਬੋਰਡ ਜਾਂ ਜਿਹੜਾ ਹੁੰਦਾ ਹੈ ਜਿੱਥੇ ਉਹ ਸਪਿਰਿਟਸ ਨੂੰ ਬੁਲਾਇਆ ਜਾਂਦਾ ਹੈ ਤਾਂ ਇੱਥੇ ਇਹ ਦੱਸਣਾ ਜ਼ਿਕਰ ਹੀ ਹੋ ਗਿਆ ਮੈਨੂੰ ਲੱਗਦਾ ਬੜਾ ਇੰਪੋਰਟੈਂਟ ਹੈ ਦੱਸਣਾ ਵੀ ਮਾੜੀਆਂ ਸਪਿਰਿਟਸ ਨੂੰ ਅਟਰੈਕਟ ਕਰਨਾ ਇਜ਼ ਵੈਰੀ ਵੈਰੀ ਈਜ਼ੀ ਕੀ ਬਜਾਏ ਕਿ ਤੁਸੀਂ ਅਛੇ ਐਂਜਲਸ ਨੂੰ ਜਾਂ ਅਛੀਆਂ ਸਪਿਰਿਟਸ ਨੂੰ ਪਿੱਚ ਕਰ पाओ ਪਰ ਉਹਨਾਂ ਨੂੰ ਬੁਲਾ ਕੇ ਜਿਹੜਾ ਉਹ ਭੇਜਿਆ ਜਾਣਾ ਬਹੁਤ ਮੁਸ਼ਕਿਲ ਹੈ ਤੇ ਜਦੋਂ ਤੱਕ ਉਹ ਜਾਂਦੀਆਂ ਨੇ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਹਾਲਾਂਕਿ ਅੱਜ ਦੇ ਜ਼ਮਾਨੇ 'ਚ ਇਹ ਗੱਲ ਸੁਣਨ ਨੂੰ ਬੜੀ ਅਜੀਬ ਲੱਗੇਗੀ ਪਰ ਵੀਜੋ ਬੋਰਡ ਬਾਰੇ ਵੀ ਕਿਉਂਕਿ ਬਹੁਤ ਸਾਰੀ ਫਿਲਮਾਂ ਦੇ ਵਿੱਚ ਅਸੀਂ ਦੇਖਿਆ ਮਿਰਰ ਦੇ ਵਿੱਚ ਜਿਵੇਂ ਇੱਕ ਡਿਫਰੈਂਟ ਦੁਨੀਆ ਹੁੰਦੀ ਹੈ ਕਿਵੇਂ ਬੰਦਾ ਮਿਰਰ ਦੇ ਵਿੱਚ ਵੱਡ ਜਾਂਦਾ ਹੈ ਮਿਰਰ ਵਾਲੀ ਗੱਲ ਤਾਂ ਵੀ ਫੋਕਸ ਕਰਾਂਗੇ ਪਰ ਪਹਿਲਾਂ ਵੀਜੋ ਬੋਰਡ ਬਾਰੇ ਗੱਲ ਕਰੀਏ ਨਹੀਂ ਦੈਟ ਇਜ਼ ਵੈਰੀ ਟਰੂ ਬਿਕੋਜ਼ ਇਹ ਜੋ ਵੂਡੂ ਜੋ ਫੋਰਨ ਕੰਟਰੀ ਸੇ ਹੁੰਦਾ ਹੈ ਬਲੈਕ ਮੈਜਿਕ ਵੂਡੂ ਇਹ ਇੰਡੀਆ ਸੇ ਹੋ ਹੀ ਰਿਹਾ ਹੈ ਹਮ ਐਂਡ ਵੀ ਹੈਵ ਟੂ ਬੀ ਵੈਰੀ ਕੇਅਰਫੁਲ ਦੈਟ ਅਸੀਂ ਕਿਸੇ ਕਿਸ ਕੋਲ ਜਾ ਰਹੇ ਹਾਂ ਕਈ ਬੰਦੇ ਵੀ ਜਸਟ ਗੋ ਨਾਰਮਲੀ ਉਹ ਤਾਵੀਜ਼ ਹੀ ਦੇ ਦਿੰਦੇ ਤੁਹਾਨੂੰ ਪਾਣ ਲਈ ਉਹ ਚਾਰਜ ਹੁੰਦੇ ਨੇ ਤਾਵੀਜ਼ ਵਿਦ 네ਗੇਟਿਵ એનર્ਜੀ ਐਂਡ ਸਪਿਰਿਟਸ ਇੰਟੈਕਟ ਇਨ them ਸੋ ਸਪਿਰਿਟ ਤੁਹਾਡੇ ਅਗਰ ਪਿੱਛੇ ਪੈ ਜਾਣ ਦੈਨ ਉਹ ਤੁਹਾਡੀ ਲਾਈਫ ਤਹਿਸ ਨਹਿਸ ਕਰ ਸਕਦੇ ਰਾਈਟ ਫ্রম ਯੋਰ ਹੈਲਥ ਟੂ ਯੋਰ ਮਨੀ ਟੂ ਏਵਰੀਥਿੰਗ ਸੋ ਵੀ ਹੈਵ ਟੂ ਬੀ ਵੈਰੀ ਕੇਅਰਫੁਲ ਦੈਟ ਅਸੀਂ ਇਸ ਯੂ ਨੋ ਉਧੇੜ ਬੁੰਚ ਨਾ ਹੀ ਫਸੀਏ ਜੀ ਇਸ ਇਲਾਵਾ ਜਿਵੇਂ ਇਹ ਵੀ ਕਿਹਾ ਜਾਂਦਾ ਵੀ ਹਰੇਕ ਬੰਦੇ ਤੋਂ ਜਿਹੜੀ ਹੈ ਕੋਈ ਵੀ ਚੀਜ਼ ਲੈ ਕੇ ਨਹੀਂ ਖਾਣੀ ਚਾਹੀਦੀ ਤਾਂ ਇਸ ਤਰੀਕੇ ਨਾਲ ਵੀ ਕੁਝ ਹੋ ਸਕਦਾ that है? is very true because just ਬੰਦੇ ਨਾਲ ਤੁਸੀਂ ਜੋ ਵੀ ਕੁਝ ਖਾ ਰਹੇ ਹੋ ਹੈ ਤਾਂ એનર્ਜੀ ਐਕਸਚੇਨ ਤੁਸੀਂ ਜੋ ਖਾ ਰਹੇ ਹੋ ਪੀ ਰਹੇ ਹੋ ਪੈਂ ਰੇ ਸਾਹਸ ਲੈ ਰਹੇ ਹੋ एवरीथिंग ਇਜ਼ ਰਿਲੇਟਡ ਟੂ એનર્ਜੀ ਸਾਨੂੰ ਕੀ ਪਤਾ ਉਸ ਬੰਦੇ ਦੇ ਇੰਟੈਂਸ਼ਨਸ ਕੀ ਹੈ ਉਹ ਚੀਜ਼ ਦੇਣ ਲਈ ਜਦ ਤੱਕ ਤੁਸੀਂ ਬੰਦੇ ਨੂੰ ਚੰਗੀ ਤਰ੍ਹਾਂ ਪਛਾਣਦੇ ਨਹੀਂ ਹੋ ਪੁਰਾਣੇ ਜ਼ਮਾਨੇ ਚ ਇਹ ਚੀਜ਼ ਹੁੰਦੀ ਸੀ ਦੈਟ ਯੂ نو ਘਰੇ ਸੌਖੇ ਲੋਕਾਂ ਨੂੰ ਭੇਜਦੇ ਨਹੀਂ ਸੀ ਕਿ ਬੇ ਉਹਨੇ ਉਹਦੇ ਘਰ ਅਗਰ ਕਿਸੇ ਨੇ ਖਾਣ ਨੂੰ ਕੁਝ ਦਿੱਤਾ ਜਦ ਜਦ ਤੱਕ ਤੁਸੀਂ ਜਾਣਦੇ ਨਹੀਂ ਉਹ ਬੰਦੇ ਨੂੰ ਕੋ ਲੋਣਾ ਅਨਜਾਨ ਬੰਦੇ ਤੋਂ ਫਿਰ ਉਹਦੀ ਇੰਟੈਂਸ਼ਨ ਦਾ ਸਾਨੂੰ ਨਹੀਂ ਪਤਾ ਔਰ ਅਗਰ એનર્ਜੀ ਉਹ ਨੈਗੇਟਿਵ ਸਾਡੀ ਬਾਡੀ 'ਚ ਚੱਲ ਜਾਊਗੀ ਤਾਂ ਨਾ ਹੈਲਥ ਕੈਨ ਗੋ ਡਾਊਨ ਐਂਡ ਮੈਂ ਖੁਦ ਦਾ ਇੱਕ ਕੇਸ ਆਈ ਕੈਨ ਰਿਲੇਟ ਟੂ ਜੋ ਮੈਮ ਤੁਸੀਂ ਕਿਹਾ ਮੇਰੇ ਖੁਦ ਦੇ ਫਾਦਰ ਇਨ ਲਾਅ ਦੀ ਡੈਥ ਐਵੇਂ ਹੀ ਹੋਈ ਹੈ ਇਟਸ ਵੈਰੀ ਅਨਫੋਰਚੂਨੇਟ ਦੈਟ ਉਹਨਾਂ ਦੇ ਜੋ ਫੈਮਿਲੀ ਚ ਕੋਈ ਸੀ ਦੁੱਧ ਤੇ ਉਹਨਾਂ ਨੇ ਹੱਡੀਆਂ ਮਿਲਾ ਕੇ ਦਿੱਤੀਆਂ ਹੋਈਆਂ ਸੀ ਐਂਡ ਉਹ ਬਲੈਕ ਮੈਜਿਕ ਥੀ ਵਿਦਨ ਜਦੋਂ ਉਹਨਾਂ ਨੇ ਕੰਜ਼ੂਮ ਕੀਤਾ ਉਹ ਤੋਂ ਉਸ ਟਾਈਮ ਨਹੀਂ ਪਤਾ ਚੱਲਿਆ ਬਾਅਦ ਚ ਹੱਡੀਆਂ ਜੀ ਨਿਕਲੀਆਂ ਵਿੱਚੋਂ ਐਂਡ ਬਹੁਤ ਥੇਰ ਬਾਅਦ ਉਹਨਾਂ ਨੂੰ ਅਬਾਊਟ 15 ਡੇਜ਼ ਦਾ ਟਾਈਮ ਸੀ ਹੈਲਥ ਐਨੀ ਨੀਚੇ ਚਲੀ ਗਈ ਦੈਟ ਆਫਟਰ ਦੈਟ ਹੀ ਡਾਈਡ ਇਨ ਅ ਫੈਟਲ ਐਕਸੀਡੈਂਟ ਆਲਸੋ ਤੇ ਇਹ ਤਾਂ ਮੇਰੇ ਲਾਈਫ ਨਾਲ ਖੁਦ ਹੋਇਆ ਤੇ ਫਿਰ ਇਹ ਇਸ ਚੀਜ਼ ਦਾ ਪਤਾ ਤੁਹਾਨੂੰ ਕਿਵੇਂ ਲੱਗਿਆ ਆ ਆ ਵਾਸਨਟ देयर ਮੇਰੇ ਹਸਬੰਡ ਨੇ ਜੋ ਮੈਨੂੰ ਦੱਸਿਆ ਹੈ ਦੈਟ ਦੈਨ ਉਹਨਾਂ ਨੇ ਚੈੱਕ ਕਰਾਇਆ ਐਂਡ ਉਹ ਹੱਡੀਆਂ ਦੀ ਜਾਂਚ ਕਰਾਈ ਐਂਡ ਦੈਨ ਸਮਬਡੀ ਟੋਲਡ them ਜਿਨਨ ਜੋ ਐਕਸਪਰਟ ਸੀ ਇਸ ਏਰੀਆ 'ਚ ਤਾਂ ਹੱਡੀਆਂ ਪਾਈਆਂ ਹੋਈਆਂ ਐਂਡ ਦਿਸ ਵਾਸ ਬਲੈਕ ਮੈਜਿਕ ਕਿ ਬੰਦੇ ਨੇ ਜਾਣ ਕੇ ਕੀਤਾ ਹੈ ਟੂ ਯੂ نو ਰਿਡਿਊਸ ਦੀ ਔਰਾ ਆਫ ਦਾ ਪਰਸਨ ਤਾਂ ਕਿ ਹੈਲਥ ਹੀ ਖਤਮ ਹੋ ਜਾ ਬੰਦੇ जी एक रेकी मास्टर अपना ओरा वास्ते की कुछ करना चाहिए था, वो आप की कुछ खावे कि बहुत ज्यादा मसाले मेडिटेशन दे मैडिटेशन हैं नहीं लगता सिंबल्स ने या जिस तरह के अट्रैक्ट करना हूँ गलबात करनी हों उस कमी ही होंगी है मैडीटेशन कि तो दा तो ही एनर्जी है सक्षम तरीके पाओगे To eat anything mm -hmm. but of course kai jeevan de khane assi khawange because we are what we eat mm -hmm. right jinna assi apna khan peen balance rakhange colorful the plate colorful the diet mm -hmm. right same way agar non veg avoid karange mm -hmm. right liquor nu no avoid karange mm -hmm. obviously sada khud da aura vi productive te positive hi raho ga because jab tak ਔਰ ਜੋ ਵੀ ਅਸੀਂ ਹਾਂ ਅ ਸੈਂਟ੍ਰਿਕ ਵਟ ਏਵਰ ਵੀ ਆਰ ਈਟਿੰਗ ਐਂਡ ਉਹ ਕਿਸ ਵਾਇਆ ਮੀਡੀਆ ਤੋਂ ਆ ਰਹੀ ਹੈ ਉਹ ਚੀਜ਼ ਬਿਕਾਜ਼ ਵਟ ਏਵਰ ਵੀ ਆਰ ਗੈਟਿੰਗ ਇਜ਼ ਨਾਟ ਸੋ ਪਿਓਰ ਵੀ ਹੈਵ ਟੂ ਸੀ ਸੋ ਬੜੇ ਚੂਜ਼ੇ ਹੋਣਾ ਪੈਂਦਾ ਐਟ ਲੀਸਟ ਜਦ ਤੱਕ ਜਦੋਂ ਤੱਕ ਮੈਂ ਪ੍ਰੈਕਟਿਸ ਕਰਦੀ ਆਈਆਂ ਰੇਕੀ ਮੈਂ ਨਾਨਵੈਜ ਆਈ ਡੋਨਟ ਟੇਕ ਲਿਕਰ ਆਲਸੋ ਓਕੇਜਨਲੀ ਜਦੋਂ ਮੈਂ ਪ੍ਰੈਕਟਿਸ ਕਰਦੀ ਆਂ ਤਾਂ ਬਿਲਕੁਲ ਨਹੀਂ ਕਰ ਲੈਂਦੀ ਫਰੂਟਸ ਵੈਜੀਟੇਬਲਸ ਨੈਚੁਰਲ ਸੋਰਸਸ ਇਹ ਚੀਜ਼ਾਂ ਤੇ ਜ਼ਿਆਦਾ ਫੋਕਸ ਕਰਉਂਦੀ ਹਮ ਇਹ ਤੁਹਾਡੇ ਇੱਕ ਇੰਟਰਨਲ ਕਲੈਂਸਿੰਗ ਲਈ ਕੰਮ ਆਉਂਦਾ ਆ ਅਦਰ ਦੈਨ ਜਸਟ ਦ ਸਿੰਬल्स ਵਿਚ ਯੂ ਆ ਯੂਜ਼ਿੰਗ ਹਮ ਐਂਡ ਇੰਟਰਨਲ ਕਲੈਂਸਿੰਗ ਤੁਸੀਂ ਜੋ ਗੱਲ ਕੀਤੀ ਹੈ ਇਟ ਇਜ਼ ਆਲਵੇਸ ਬੈਟਰ ਜਦੋਂ ਤੁਸੀਂ ਰੇਕੀ ਕਿਸੇ ਨੂੰ ਦੇਣੀ ਹੈ ਯੂ ਮਸਟ ਟੇਕ ਅ ਬਾਥ ਵਿਦ ਸਾਲਟ ਵਾਟਰ ਐਂਡ ਸੇਮ ਵੇ ਜਦੋਂ ਕਿਸੇ ਨੂੰ ਰੇਕੀ ਦੇ ਚੁੱਕੇ ਉਸ ਤੋਂ ਬਾਅਦ ਵੀ ਬਿਕਾਉਜ਼ ਉਸ ਬੰਦੇ ਦਾ ਔਰਾ ਤੇ 네ਗੇਟਿਵ એનર્ਜੀ ਵੀ ਤੁਸੀਂ ਕੰਜ਼ਿਊਮ ਕਰਦੇ ਹੋ ਸੋ ਇਟ ਇਜ਼ ਵੈਰੀ ਇੰਪੋਰਟੈਂਟ ਅਗਰ ਨਹੀਂ ਕਰੋਗੇ ਵਾਟ ਹੈਪਨਸ ਓਵਰ ਟਾਈਮ ਤੁਹਾਡੀ એનર્ਜੀ ਡਿਸਿਪੀਟ ਹੋਣ ਲੱਗ ਜਾਊਗੀ ਯੂ ਮੇ ਫੀਲ ਦੱਟ ਆਨ ਹੈਡੈਕ ਹੋਣ ਲੱਗ ਗਿਆ ਸਟਮਕ ਏਕ ਹੋ ਰਹੀ ਹੈ ਫੀਵਰ ਚੜ ਗਿਆ ਆਲ ਥੀਸ ਕਾਈਂਡ ਆਫ ਥਿੰਗ ਇਹ ਬਹੁਤ ਜ਼ਰੂਰੀ ਹੈ ਐਂਡ ਜਸ ਸਪੇਸ ਤੇ ਤੁਸੀਂ ਰੇਕੀ ਕਰ ਰਹੇ ਹੋ ਇੱਕ ਇਮੇਜినਰੀ ਪਾਇਰਾਮਿਡ ਬਣਾਉਣੇ ਜ਼ਰੂਰੀ ਨਹੀਂ ਸਾਈਨਸ ਐਂਡ ਸਿੰਬल्स ਨਾਲ ਪਿਓਰਿਟੀ ਆਫ ਦਾ ਪਲੇਸ ਉਹ ਕਲੈਂਸ ਕਰਨੀ ਹੈ ਅਗੇਨ ਨਮਕ ਦਾ ਪੋਚਾ ਲਾਣਾ ਚੰਗੀ ਤਰ੍ਹਾਂ ਥੈਟਸ ਹਾ ਤੁਹਾਡੀ એનર્ਜੀ ਕਲੀਨ ਹੁੰਦੀ ਹੈ ਇਨ ਦਾ ਏਰੀਆ ਆਲਸੋ ਲਾਈਕ ਤੁਸੀਂ ਵਾਸਤੂ ਦੀ ਗੱਲ ਕੀਤੀ ਵਾਸਤੂ ਆਲਸੋ ਵਰਕਸ ਔਨ ਦਾ ਸੇਮ ਪ੍ਰਿੰਸਪਲ ਤੇ ਇਸ ਦੇ ਨਾਲ ਮਤਲਬ ਹੋਰ ਕੀ ਕੁਝ ਕੀਤਾ ਜਾਵੇ ਜਿਹਦੇ ਨਾਲ ਆਪਾਂ ਆਪਣੇ ਆਪ ਨੂੰ ਮਤਲਬ ਇੱਕ ਰੇਕੀ ਵਾਲੇ ਬੰਦੇ ਵਾਸਤੇ ਨਹੀਂ ਕਹਿ ਰਹੀ ਵੀ ਆਮ ਬੰਦਿਆਂ ਨੂੰ ਕੀ ਕੁਝ ਕਰਨਾ ਚਾਹੀਦਾ ਵੀ ਉਹਨਾਂ ਦਾ ਔਰਾ ਠੀਕ ਠਾਕ ਰਹੇ ਮੇਰੇ ਹਿਸਾਬ ਨਾਲ ਆਪਣੀ ਲਾਈਫ ਨੂੰ ਸਿੰਪਲ ਰੱਖੋ ਕੰਪੈਰੀਜ਼ਨ ਲੋਕਾਂ ਤੋਂ ਨਾ ਕਰੋ 네ਗੇਟਿਵਿਟੀ ਜੇ ਅਗਰ ਬੰਦੇ ਤੋਂ ਆ ਰਹੀ ਹੈ ਉਹ ਬੰਦੇ ਨੂੰ ਅਵੋਇਡ ਕਰੋ ਮੇਰੇ ਬਿਕੋਜ਼ ਵਾਈਬ੍ਰੇਸ਼ਨਲ ਫ੍ਰੀਕੁਐਂਸੀਜ਼ ਤੁਹਾਡੀ ਅਗਰ ਮੈਚ ਹੋਣਗੀਆਂ ਤਦ ਹੀ ਬਣੇਗੀ ਤੁਹਾਡੀ ਰਾਈਟ ਬਿਕੋਜ਼ ਅਸੀਂ ਅਗਰ 네ਗੇਟਿਵਿਟੀ ਆਪਣੇ ਅੰਦਰ ਪਾਵਾਂਗੇ 네ਗੇਟਿਵਿਟੀ ਯੂ نو ਲੋਕਾਂ ਨੂੰ ਜਾਏਗੀ ਜ਼ਾਹਿਰ ਜੀ ਗੱਲ ਹੈ ਬਿਕੋਜ਼ એનર્ਜੀ ਐਕਸਚੇਂਜ ਇਸ ਇੰਪੋਰਟੈਂਟ ਸੋ ਜੇ ਹਰੇਕ ਬੰਦੇ ਨੂੰ ਐਕਸੈਸ ਵੀ ਨਾ ਦਿਓ ਪਹਿਲੇ ਬੰਦੇ ਦਾ ਬੈਕਗ੍ਰਾਉਂਡ ਦੇਖੋ ਉਹਦਾ ਦੇਖੋ ਵੀ ਬੰਦੇ ਨੂੰ ਕਿੰਨੀ ਕੁ ਲੋਡ ਹੈ ਕਿਸ ਸੋਰਸ ਤੋਂ ਆ ਰਿਹਾ ਹੈ ਕਿਸ ਤਰੀਕੇ ਨਾਲ ਆ ਰਿਹਾ ਹੈ ਬਸ ਮੈਂ ਹੈਲਪ ਜ਼ਰੂਰ ਕਰਦੀ ਹਾਂ ਰੇਕੀ ਟੂ एवरीवन ਬਟ ਆਮ ਅ ਲिटल ਚੂਜੀ ਕਿ ਬਿਕੋਜ਼ ਬੰਦਿਆਂ ਦਾ ਔਰਾ ਵੀ ਕਈ ਵਾਰ ਬਹੁਤ ਹਾਰਮਫੁਲ ਹੁੰਦਾ ਤਾਂ ਤੁਹਾਨੂੰ ਪਹਿਲੀ ਸੈਟਿੰਗ ਤੋਂ ਹੀ ਪਤਾ ਚਲ ਜਾਏਗਾ ਥੈਟ ਬੰਦਾ ਕਿੰਨਾ ਪ੍ਰੋਡਕਟਿਵ ਹੈ ਪੋਜ਼ਿਟਿਵ ਹੈ ਝੂਠ ਬੋਲ ਰਿਹਾ ਨਹੀਂ ਬੋਲ ਰਿਹਾ ਆਲ ਦੋਸ ਕਾਈਂਡ ਆਫ ਸਿੰਗ ওকে ਜਿਵੇਂ ਜਿਹੜਾ ਸਿਨੇਮਾ ਹੈ ਉਹ ਮਨੋਕੀ ਮੰਨ ਦਾ ਪ੍ਰਤੀਬਿੰਬ ਹੈ ਰਿਫਲੈਕਸ਼ਨ ਹੈ ਅਸੀਂ ਜੋ ਕੁਝ ਰੀਅਲ ਲਾਈਫ ਚ ਦੇਖਦੇ ਆ ਉਸ ਨੂੰ ਹੀ ਰੀਅਲ ਲਾਈਫ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਥੋੜਾ ਬਹੁਤ ਡਰਾਮਾ ਡਰਾਮਾ ਪਾ ਕੇ ਉਹ ਇੰਟਰਸਟਿੰਗ ਬਣਾ ਦਿੰਦੇ ਆ ਇਸੇ ਤਰ੍ਹਾਂ ਥੀਫ ਆਫ ਬਗਦਾਦ ਵਰਗੇ ਪ੍ਰੋਗਰਾਮਸ ਵਿੱਚ ਅਸੀਂ ਦੇਖਿਆ ਵੀ ਇੱਕ ਮਿਰਰ ਦਾ ਹੀ ਇੱਕ ਦੁਨੀਆ ਹੁੰਦੀ ਹੈ ਬੰਦਾ ਮਿਰਰ ਚ ਵੜ ਜਾਂਦਾ ਤੇ ਉਹ ਇੱਕ ਡਿਫਰੈਂਟ ਤਰੀਕੇ ਦੀ ਦੁਨੀਆ ਦੇ ਵਿੱਚ ਐਂਟਰ ਹੋ ਜਾਂਦਾ ਤਾਂ ਖੈਰ ਇਹ ਤਾਂ ਇੱਕ ਡਰਾਮਾ ਸੀ ਪਰ ਮੈਂ ਵੀ ਇਸ ਬਾਰੇ ਬਹੁਤ ਪੜਿਆ ਕਿ ਜਿਹੜੇ ਆਪਾਂ ਜੇ ਵਰ ਸ਼ੀਸ਼ਾ ਲੈਨੇ ਆ ਤਾਂ ਉਹਨੂੰ ਬੜੇ ਤਰੀਕੇ ਦੇ ਨਾਲ ਪਰਚੇਸ ਕਰਨਾ ਚਾਹੀਦਾ ਹੈ ਜਿਹੜਾ ਰੋਡ ਸਾਈਜ਼ ਸਾਈਡ ਤੇ ਮਿਰਰਸ ਡਿਸਪਲੇ ਕੀਤੇ ਹੁੰਦੇ ਆ ਕਿਉਂਕਿ ਉਸ ਦਾ ਕੈਮੀਕਲ ਫਾਰਮੂਲਾ ਇਸ ਤਰ੍ਹਾਂ ਦਾ ਹੈ ਮਰਕਰੀ ਦਾ ਬਣਿਆ ਹੁੰਦਾ ਸ਼ੀਸ਼ਾ ਤਾਂ ਉਹ ਜਿਹੜਾ ਉਹ ਸਾਰਾ ਕੁਝ ਅਟਰੈਕਟ ਕਰਦਾ ਹੈ ਇਸੇ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਰਾਤ ਨੂੰ ਮਿਰਰਸ ਉੱਤੇ ਕਪੜਾ ਆਪਾ ਦਿੱਤਾ ਜਾਂਦਾ ਸੀ ਆ ਕਰੋਸ਼ੀਏ ਦੇ ਆਪਾਂ ਉਹ ਬੁੰਦੇ ਹੁੰਦੇ ਸੀ ਤੇ ਸਾਰੇ ਸ਼ੀਸ਼ੇ ਟੱਕ ਦਿੰਦੇ ਸੀ ਕਿਉਂਕਿ ਉਹਨਾਂ ਵਿੱਚੋਂ ਜਿਹੜੀ ਦਿਨ ਵੇਲੇ ਉਹਨੇ ਚੀਜ਼ਾਂ ਨੂੰ ਅਬਜ਼ਰਵ ਕੀਤਾ ਹੁੰਦਾ ਰਾਤ ਨੂੰ ਰਿਫਲੈਕਟ ਕਰਦਾ ਤਾਂ ਰੋਡ ਸਾਈਡ ਤੇ ਜਿਸ ਕਿਸਮ ਦਾ ਮੰਨ ਲਓ ਕਦੇ ਐਕਸੀਡੈਂਟ ਹੋ ਗਿਆ ਤਾਂ ਸਪਿਰਿਟ ਅਗਰ ਕੋਈ ਇਸ ਤਰੀਕੇ ਨਾਲ ਮਤਲਬ ਬੰਦਾ ਮਰਿਆ ਤਾਂ ਉਥੇ ਲਿਖਿਆ ਹੋਇਆ ਸੀ ਵੀ ਉਹ ਉਸ ਦੇ ਅੰਦਰ ਜਿਹੜਾ ਉਹ ਚਲੇ ਜਾਂਦੀ ਹੈ ਇਹ ਕਿੰਨਾ ਕੁ ਸੱਚ ਹੈ ਈ ਵਾਕੀ ਆਪਾਂ ਜਦੋਂ ਮਿਰਰ ਥੈਰੇਪੀ ਵੀ ਦਿੰਨੇ ਆ ਤਾਂ ਆਪਾਂ ਗਿਆ ਵੀ ਮਿਰਰ ਨੂੰ ਫਲਾਣੀ ਡਾਇਰੈਕਸ਼ਨ ਦੇ ਵਿੱਚ ਲਾਓ ਤੇ ਜੇ ਉਹਦੇ ਸਾਹਮਣੇ ਰੋਗੇ ਤਾਂ ਉਹ ਤੁਹਾਡੀ 네ਗੇਟਿਵ ਚੀਜ਼ਾਂ ਨੂੰ ਅਬਜ਼ਰਵ ਵੀ ਕਰ ਲੇਗਾ ਤੇ ਫਲਾਣੀ ਥਾਂ ਤੇ ਰੱਖੋ ਫਲਾਣੀ ਅਲਮਾਰੀ 'ਚ ਰੱਖੋ ਤੇ ਤੁਹਾਡੇ ਕੋਲ ਜਿਹੜਾ ਧਨ ਹੈ ਪੈਸਾ ਉਹ ਰੁਕਿਆ ਰਹੇਗਾ ਸੋ ਇਹ ਕਿੰਨਾ ਕੁ ਸੱਚ ਹੈ ਸੋ ਟੂ ਅ ਸਰਟਨ ਐਕਸਟੈਂਡ ਮੈਂ ਆਏ ਅਗਰੀ ਵਿਦ ਵਾਟ ਯੂ ਸੇ ਬਿਕਾਜ਼ ਮੈਂ ਪਾਰਟਲੀ ਯੂਜ਼ ਕਰਦੀ ਆਂ ਇਨ ਮਾਈ ਲਾਈਫ ਆਲਸੋ ਮਿਰਰਸ ਦਾ ਬਹੁਤ ਇੰਪੋਰਟੈਂਟ ਰੋਲ ਹੈ ਬਿਕੋਜ਼ ਮਿਰਰਸ ਬੇਸਿਕਲੀ ਸੈਲਫ ਰਿਫਲੈਕਸ਼ਨ ਵੀ ਹੈ ਰਾਈਟ ਐਂਡ ਮਿਰਰਸ ਬਹੁਤ ਕੁਝ ਕੰਜ਼ਿਊਮ ਕਰਦੇ ਨੇ ਸੋ ਵੈਰੀ ਰਾਈਟ ਦੈਟ ਜੋ ਰੋਡ ਸਾਈਡ ਤੇ ਮਿਰਰ ਮਿਲਦੇ ਨੇ ਦੇ ਆਰ ਨਾਟ ਦਾ ਮਿਰਰਸ ਟੂ ਬਾਏ ਪ੍ਰੋਪਰ ਜੋ ਸਰਟੀਫਾਈਡ ਮਿਰਰਸ ਤੁਹਾਨੂੰ ਮਾਰਕੀਟ 'ਚ ਮਿਲਦੇ ਨੇ ਪਹਿਲੇ ਤਾਂ ਉਹ ਮਿਰਰ ਅਨਦਰ ਥਿੰਗ ਇਜ਼ ਉਹ ਓਨ ਮਿਰਰ ਦੀ ਕਲੈਰਿਟੀ ਹੀ ਅਲੱਗ ਟਾਈਪ ਦੀ ਹੋਊਗੀ ਦਾ ਕਾਈਂਡ ਆਫ ਯੂ نو ਰਿਫਲੈਕਸ਼ਨ ਜੋ ਤੁਸੀਂ ਦੇਖੋਗੇ ਇਟ ਇਜ਼ ਵੈਰੀ ਕਲੀਅਰ Another thing is that this has got to do with Vastu also and astrology also. Suppose, every bandhe no mirror will not fall. The to number two: which direction you are bringing the mirror? North, northeast, or east direction? You are bringing the South, you are It causes a disaster, right? And very rightly said that even in the houses. ਜਿੱਥੇ ਅਗਰ ਕੋਈ ਕਬੜ ਹੈ ਉੱਤੇ ਐਕਸਟੀਰੀਅਰ ਤੇ ਕੋਈ ਮਿਰਰ ਹੈ ਤੁਹਾਡੀ ਖੁਦ ਦੀ ਰਿਫਲੈਕਸ਼ਨ ਉਸ ਮਿਰਰ ਚ ਨਹੀਂ ਆਣੀ ਚਾਹੀਦੀ ਇਟ ਸ਼ੁਡ ਬੀ ਕਵਰਡ ਓਨਲੀ ਸੇਮ ਵੇ WITH યોਰ ਟੈਲੀਵਿਜ਼ਨ ਆਲਸੋ ਇਟ ਸ਼ੁਡ ਬੀ ਕਵਰਡ देयर ਇਟ ਦੈਟ ਇਜ਼ ਦ ਰੀਜ਼ਨ ਫਾਰ ਇਟ ਐਬਸੋਲੂਟਲੀ ਦੈਟ ਇਜ਼ ਵੈਰੀ ਟਰੂ ਤਾਂ ਇਹ ਫਿਦਰਾ ਹੁੰਦਾ ਵੀ ਜਦੋਂ ਆਪਾਂ ਮਿਰਰ ਕਵਰ ਨਾ ਕਰੀਏ ਤੇ ਕਈ ਵਾਰੀ ਜੇ ਮਾੜੀਆਂ ਚੀਜ਼ਾਂ ਐ ਮਾੜੀਆਂ ਵਾਈਬ੍ਰੇਸ਼ਨਸ ਘਰ ਦੇ ਵਿੱਚ ਹੋਣ ਤੇ ਰਾਤ ਨੂੰ ਉਹ ਨੀਂਦ ਦੇ ਵਿੱਚ ਖਲਲ ਪਾਉਂਦੀਆਂ ਨੇ ਹੈਨਾ ਦੈਟਸ ਵੈਰੀ ਟਰੂ ਬਿਕਾਜ਼ ਤੁਹਾਡੇ ਜਿੰਨੇ ਵੀ ਈਵਲ ਫੋਰਸਸ ਨੇ ਉਹ ਰਾਤ ਨੂੰ ਹੀ ਕੰਮ ਕਰਦੇ ਨੇ ਸੋ ਐਂਡ ਮਿਰਰ ਇਜ਼ ਡੈਫੀਨਿਟਲੀ ਗੋਇੰਗ ਟੂ ਅਬਜ਼ਰਵ 올 ਆਫ ਦੈਟ and it will reflect that on you to you te that is why it is advisable to cover the mirrors in case koi exposed have in ji khas karke reki de vich na concentration da bahut vadda mahatav hai concentration sadi life de vich vi bada important hai jadon meditation di gall hundi hai ta sanu guruan peera fakira har ek dharm de vich to be in the moment to live in the moment yani ki jitna hum hoosh puran rahenge os da jehda oh mahatav dasya gaya hai je tusi khana hoosh puran hoke khaoge ta ਇੰਨੀ ਵੀ ਹੋਸ਼ ਰਹੇਗੀ ਵੀ ਇੱਕ ਬਾਈਟ ਨੂੰ ਤੁਸੀਂ ਕਿੰਨੀ ਵਾਰ ਚਿਊ ਕੀਤਾ ਤਾਂ ਇਸ ਕਰਕੇ ਤੁਸੀਂ ਹੋਸ਼ ਨਾਲ ਖਾਓਗੇ ਤਾਂ ਉਹਨਾਂ ਕੀ ਪੋਰਸ਼ਨ ਖਾਓਗੇ ਸੋ ਜੇ ਪੜ ਰਹੇ ਹੋ ਕਨਸੈਂਟ੍ਰੇਸ਼ਨ ਨਾਲ ਪੜੋਗੇ ਤੇ ਉਨਾ ਪੜਿਆ ਹੀ ਫਲੇਗਾ ਜੇ ਕਨਸੈਂਟਰੇਸ਼ਨ ਨਹੀਂ ਹੈ ਤਾਂ ਜਿੰਨਾ ਮਰਜ਼ੀ ਪੜੀਓ ਐਗਜ਼ਾਮ ਦੇ ਵਿੱਚ ਉਹਦਾ ਕੋਈ ਫਾਇਦਾ ਨਹੀਂ ਹੈ ਸੋ ਕਨਸੈਂਟਰੇਟ ਕਿਵੇਂ ਹੋਇਆ ਜਾਵੇ ਕੁਝ ਲੋਕ ਕੀ ਕਰਦੇ ਆ ਇੱਕ ਬਿੰਦੂ ਦੇ ਉੱਤੇ ਕਨਸੈਂਟਰੇਟ ਕਰਦੇ ਆ ਕੁਝ ਫਾਇਰ ਕਨਸੈਂਟਰੇਸ਼ਨ ਯਰ ਫਲੇਮ ਕਨਸੈਂਟਰੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਉਸ ਨੂੰ ਵਰਤਦੇ ਨੇ ਸੋ ਕਿਸ ਤਰੀਕੇ ਦੇ ਨਾਲ ਕਨਸੈਂਟਰੇਟ ਹੋਇਆ ਜਾਵੇ ਹੋਸ਼ਪੂਰਨ ਹੋਇਆ ਜਾਵੇ ਜਿਸ ਦੇ ਨਾਲ ਮਤਲਬ ਆਪਾਂ ਆਪਣੀ ਡੇਲੀ ਜਿਹੜੀ ਦਿਨਚਰਿਆ ਦੇ ਕੰਮ ਹੈ ਉਹ ਹੋਰ ਪਰਫੈਕਸ਼ਨ ਦੇ ਨਾਲ ਕਰ ਸਕੀਏ ਇਹ ਬੜਾ ਚੰਗਾ ਕੁਐਸਚਨ ਹੈ बिकॉज़ कंसंट्रेशन ਤੇ फोकस एक वर्ड है जिन्नू बोलदे माइंडफुलनेस 99.9% ਲੋਕ ਕੀ ਅਦਰ ਪਾਸਤੇ ਬੈਠੇ ਨੇ ਯਾ ਦੇ ਵਾਂਟ ਟੂ ਕੰਟਰੋਲ ਦਾ ਫਿਊਚਰ ਅਨਫੋਰਚਨਟਲੀ ਇਨ ਦੋਨਾ ਵਿੱਚ ਹੀ ਓਸિલેਟ ਕਰਦੇ ਨੇ ਫੋਕਸ ਸ਼ੁੱਡ ਬੀ ਓਨ ਦਾ ਪ੍ਰੈਜ਼ੈਂਟ ਨੰਬਰ 1 बिकॉज़ ਪ੍ਰੈਜ਼ੈਂਟ ਇਟਸ ਅ ਗਿਫਟ ਐਂਡ ਦਾ ਮੂਮੈਂਟਸ ਵਿੱਚ ਯੂ ਮੇਕ ਇਨ ਯੂ ਲਾਈਫ ਉਹੀ ਮੈਟਰ ਕਰਦੇ ਨੇ ਫੋਕਸ ਤੇ ਕਨਸੈਂਟ੍ਰੇਸ਼ਨ ਲਈ ਅਗਰ ਐਜੂਕੇਸ਼ਨ ਰਿਲੇਟਿਡ ਫੋਕਸ ਤੇ ਕਨਸੈਂਟ੍ਰੇਸ਼ਨ ਕਰਨਾ ਹੈ ਇੱਕ ਬੱਚੇ ਨੂੰ ਐਜੂਕੇਸ਼ਨ ਤੇ ਪ੍ਰਤੀ फोकस कराना है दैन नॉर्थ ईस्ट डायरेक्शन पे बैठे एंड यूज मोर ऑफ येलो एंड ग्रीन कलर ऑन द अपर पार्ट ऑफ द बॉडी बिकॉज एंड ए बड़ा इंट्रस्टिंग लिंक है अगर असी देखिए सारी एजुकेशन जी बसिज आर येलो इन कलर दिस अ रीज़न क्योंकि फोकस से वो हायर सेंटर ऑफ द ब्रेन स्टिमुलेट करता है सो दिस इज़ वन वे ऑफ you're not know, focusing and concentrating ek hor cheez like you said meditation alag alag tareeke de mm hai -hmm. meditation doesn't mean that jadon tohare thoughts aan band ho jaan meditation doesn't finish ਉਹ ਛੋੜ ਰਹੇ ਨੇ ਐਗਜ਼ੈਕਟਲੀ ਵੈਰੀ ਟru ਸੋ ਹਰ ਬੰਦਾ ਅਲੱਗ ਤਰੀਕੇ ਨਾਲ ਮੈਡੀਟੇਟ ਕਰਦਾ ਹੈ ਕਈ ਲੋਕ ਕਿ ਮਿਊਜ਼ਿਕ ਨਾਲ ਕਰਦੇ ਨੇ ਕਈ ਓਮ ਹੀ ਚੰਟ ਕਰਦੇ ਨੇ ਕਈ ਹੋਰ ਕੁਝ ਹੋਰ ਚੰਟ ਕਰਦੇ ਨਾਲ ਕਰਦਾ ਹੈ ਕੋਈ ਕੁਝ ਕਰਦਾ ਜੀ ਸੋ ਹਰੇਕ ਇਨਸਾਨ ਦਾ ਤਰੀਕਾ ਮੈਡੀਟੇਸ਼ਨ ਦਾ ਅਲੱਗ ਹੈ ਬਟ 올 ਮੈਡੀਟੇਸ਼ਨ ਇੱਕੋ ਚੀਜ਼ ਤੇ ਫੋਕਸ ਕਰਦੇ ਨੇ ਥੈਟ ਵੈਨ ਤੁਹਾਡੇ ਥੌਟਸ ਆਨ ਬੰਦ ਹੋ ਜਾਂਦੇ ਨੇ ਇਨ ਦਾ ਕੌਨਸ਼ੀਅਸ ਸੈਲਫ ਐਂਡ ਤੁਸੀਂ ਕੌਨਸ਼ੀਅਸ ਟੂ ਸਬਕੌਨਸ਼ੀਅਸ ਟੂ ਟਰੈਵਲ ਕਰਦੇ ਹੋ ਤੁਹਾਡੀ ਮੈਡੀਟੇਸ਼ਨ ਉੱਥੇ ਸ਼ੁਰੂ ਹੁੰਦੀ ਵਾਕ ਦੇ ਥਰੂ ਕਰ ਸਕਦੇ ਹੋ వాకింగ్ ਦੇ ਥਰੂ ਕ੍ਰੀਏਟਿਵ ਵਿਜੂਅਲਾਈਜੇਸ਼ਨ ਦੇ ਥਰੂ ਇਮੇਜਰੀ ਦੇ ਥਰੂ ਸੋ देयर ਆ ਮਨੀ ਟੈਕਨਿਕਸ ਕੈਂਡਲ ਨੂੰ ਯੂਜ਼ ਕਰ ਸਕਦੇ ਕਈ ਲੋਕ ਕੀ ਕਰਦੇ ਨੇ ਸੋ ਆਪਣੇ ਆਪ ਨੂੰ ਕਨਸੈਂਟਰੇਟ ਕਰਨ ਦਾ ਔਰ ਸ਼ਾਂਤ ਕਰਨ ਦਾ ਮੈਨੂੰ ਲੱਗਦਾ ਵੀ ਇਸ ਤੋਂ ਵਧੀਆ ਤਰੀਕਾ ਕੋਈ ਨਹੀਂ ਬਜਾਏ ਕਿ ਡਿਪਰੈਸ਼ਨ ਦੀਆਂ ਦਵਾਈਆਂ ਖਾਈਆਂ ਜਾਣ ਤੇ ਥੋੜਾ ਜਿਹਾ ਮੈਡੀਟੇਟ ਕਰ ਲਿਆ ਜਾਵੇ ਤਾਂ ਬੰਦਾ ਬਹੁਤ ਹਲਕਾ ਫੁਲਕਾ ਮਹਿਸੂਸ ਕਰਦਾ ਹੈ ਜਦੋਂ ਔਰਾ એનર્ਜੀ ਵਾਈਬ੍ਰੇਸ਼ਨ ਦੀ ਗੱਲ ਤੁਸੀਂ ਕਰਦੇ ਹੋ ਤਾਂ ਸਭ ਤੋਂ ਜਿਹੜੀ ਮੈਨੂੰ ਲੱਗਦਾ ਵੀ ਸਟਰੋਂਗ ਜਿਹੜੀ ਚੀਜ਼ ਹੈ that is ਗ੍ਰੈਵਿਟੇਸ਼ਨਲ ਫੋਰਸ ਗ੍ਰੈਵਿਟੀ ਹੀ ਹੈ ਜਿਨੇ ਹਰੇਕ ਚੀਜ਼ ਨੂੰ ਬੰਨਿਆ ਹੋਇਆ ਪਾਣੀ ਨੂੰ ਧਰਤੀ ਨੂੰ ਸਾਨੂੰ ਆਫਕੋਰਸ ਹੈ ਨਾ ਸੋ ਗ੍ਰੈਵਿਟੇਸ਼ਨਲ ਫੋਰਸ ਨੂੰ ਮੈਡੀਟੇਟਰਸ ਜਿਹੜੇ ਨੇ ਉਹ ਕੱਟ ਕਰ ਦਿੰਦੇ ਨੇ ਗ੍ਰੈਵਿਟੇਸ਼ਨ ਫੋਰਸ ਨੂੰ ਤੋੜ ਕੇ ਹੀ ਮਤਲਬ ਤੁਹਾਡੀ એનર્ਜੀ ਜਿਹੜੀ ਹੈ ਉਹ ਉੱਪਰ ਜਾ ਸਕਦੀ ਹੈ ਉੱਪਰ ਲਜਾਇਆ ਜਾ ਸਕਦਾ ਹੈ ਗ੍ਰੈਵਿਟੇਸ਼ਨਲ ਫੋਰਸ ਜਾਂ ਗ੍ਰੈਵਿਟੇਸ਼ਨਲ ਪੁਲ ਨੂੰ ਤੁਸੀਂ ਕਿਵੇਂ ਯੂਜ਼ ਕਰਦੇ ਹੋ ਕਿ ਉਹ ਤੁਹਾਨੂੰ ਆਪਣੇ ਵੱਲ ਖਿੱਚਣ ਦੀ ਬਜਾਏ ਪੁਸ਼ ਕਰੇ ਉਹ ਅਲੱਗ ਟਾਈਪ ਦੀ ਸਾਧਨਾ ਹੈ ਨਵੇ ਬਿਕੋਜ਼ ਜਦੋਂ ਤੁਹਾਡੇ ਚੱਕਰਾਜ਼ ਡਿਵੈਲਪ ਹੋਣ ਲੱਗ ਜਾਂਦੇ ਥਰਡ ਆਈ ਹੁੰਦਾ ਹੈ 크라운 ਚੱਕਰਾ ਹੁੰਦੀ ਆਟੋਮੈਟਿਕਲੀ ਤੁਹਾਡੀ ਇੰਟੂਟਿਵ ਪਾਵਰ ਸਪਿਰਚੁਅਲ ਅਵੇਕਨਿੰਗ ਹੁੰਦੀ ਹੈ ਜੀ ਐਂਡ ਜਿਸ ਪੋਸਟ ਤੇ ਤੁਸੀਂ ਮੈਡੀਟੇਸ਼ਨ ਤੇ ਬੈਠੇ ਹੋ ਅਗਰ diligently you kar rahe ho every day you will see that many people or oh, they even rise above the ground mm -hmm. ਦਿਸ ਮੈਂ ਤੁਹਾਨੂੰ ਇਹ ਸਵਾਲ ਤਾਂ ਹੀ ਪੁੱਛਿਆ ਇਸ ਗੱਲ ਨੂੰ ਤਾਂ ਹੀ ਛੇੜਿਆ ਕਿਉਂਕਿ ਜਾਪਨੀਜ਼ ਟੈਕਨੀਕ ਹੀ ਹੈ ਜਿਹੜੀ ਹੈ ਰੇਕੀ ਔਰ ਆਪਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਪਿਕਸ਼ੂ ਜਾਂ ਮੰਕਸ ਦੇਖਦੇ ਆਂ ਜਿੰਨੂੰ ਆਪਾਂ ਵੀਡੀਓਜ਼ ਵਿੱਚ ਵੀ ਦੇਖਿਆ ਨਾ ਵੀ ਧਰਤੀ ਤੋਂ ਉੱਪਰ ਉੱਡ ਜਾਂਦੇ ਆਂ ਤੇ ਆਪਾਂ ਨੂੰ ਕਈ ਵਾਰ ਲੱਗਦਾ ਵੀ ਇਹ AI ਨਾਲ ਬਣਾਈਆਂ ਚੀਜ਼ਾਂ ਨੇ ਪਰ ਇਹ ਵਾਕਈ ਦੇ ਵਿੱਚ ਹੁੰਦਾ ਦਰਅਸਲ ਤੁਹਾਡੀ ਕੌਨਸ਼ੀਅਸ ਦਾ ਲੈਵਲ ਜਿਹੜਾ ਉਹ ਗ੍ਰੈਵਿਟੇਸ਼ਨਲ ਪੁੱਲ ਨੂੰ ਕੱਟ ਕਰਦਾ ਰਾਈਟ ਵੈਰੀ ਟਰੂ ਸੋ ਅੱਛਾ ਬਸ ਇੱਕ ਆਖਰੀ ਗੱਲ ਇਹ ਕਿਉਂਕਿ ਬਹੁਤ ਸਾਰੀਆਂ ਗੱਲਾਂ ਸੀ ਕੀਤੀਆਂ ਕਲਰ ਥੈਰੇਪੀ ਜਿਹੜੀ ਹੈ ਵਾਈ ਇਟ ਇਜ਼ ਇੰਪੋਰਟੈਂਟ ਕਿਉਂਕਿ ਤੁਸੀਂ ਕਿਹੜੇ ਦਿਨ ਕਿਹੜਾ ਕਲਰ ਪਾ ਰਹੇ ਹੋ ਉਹ ਤੁਹਾਡੇ ਤੇ ਇਫੈਕਟ ਕਰੇਗਾ ਅਜੋਸੀ ਕਾਲਾ ਰੰਗ ਪਾਇਆ ਹੈ ਸਾਰਾ ਦਿਨ ਕਾਲੇ ਰੰਗ ਦੀ ਵਾਈਬ੍ਰੇਸ਼ਨ ਚ ਰਹੋਗੇ ਪਰਪਲ ਪਾਇਆ ਹੈ ਤਾਂ ਤੁਹਾਨੂੰ ਸੂਟ ਕਰੇਗਾ ਤਾਂ ਤੁਹਾਨੂੰ ਇੰਟੈਲੀਜੈਂਟ ਫੀਲਿੰਗ ਆਏਗੀ ਹੈਨਾ ਤਾਂ yellow ਪਾਇਆ ਹੈ ਤਾਂ ਖੁਸ਼ ਖੁਸ਼ ਰਹੋਗੇ red ਪਾਇਆ ਸੋ ਕਲਰ ਥੈਰਪੀ ਤੇ ਹਾਊ ਯੂ ਵਰਕ ਕਲਰ ਥੈਰਪੀ ਨਾਲ ਖਾਣਾ ਪੀਣਾ ਵੈਸੇ ਸੁਣਨ ਵਾਲੇ ਕਹਿਣਗੇ ਵੀ ਆਪਾਂ ਹਰ ਜਗ੍ਹਾ ਹੀ ਅਨਕੌਂਸ਼ੀਅਸ ਕਿਵੇਂ ਰਹੀਏ ਪਰ ਹੋਸ਼ਪੂਰਨ ਰਹਿਣਾ ਹੀ ਜ਼ਿੰਦਗੀ ਹੈ इट्स अ वेरी गुड क्वेश्चन एक्चुअली कलर थेरेपी एक होल न्यू डोमेन ऑफ साइकोलॉजी है मैं तो इतने रिसर्च पेपर भी लिखे गॉड पब्लिश इन द यू एस तो कलर बिकॉज कलर एक एवें द चीज़ है और नैचुरल है इट इन द नेचर ऑलसो कलर एगजिस्टिंग एंड यू विल सी दैट जदों मूड जिस टाइप का हों तो उसी कलर अट्रैक्ट करोगे या बिलकुल ही नहीं करोगे नाउ दे आर रीजनस फॉर इट कलर द डायरक्ट बेयरिंग हैसैप्शन से मूड्स से इमोशन से अगर तीन बी पी देज हो ਐਂਡ ਤੁਸੀਂ ਰੈੱਡ ਕਲਰ ਪਾ ਲੈਂਦੇ ਹੋ ਤੁਹਾਡਾ ਬੀਪੀ ਦਾ ਲੈਵਲ ਬਲ ਰਾਈਜ਼ इवन ਮੋਰ ਬਿਕੋਜ਼ ਰੈੱਡ ਕਿਸ ਚੀਜ਼ ਨਾਲ ਲਿੰਕਡ ਹੈ ਤੁਹਾਡੇ ਹਾਰਟਬੀਟ ਨਾਲ ਐਕਸਟਰਾ ਰਾਈਟ ਇਟਲ ਹਾਰਟ ਇਸ ਗੋਇੰ ਟੂ ਪੰਪ ਮੋਰ ਬਲਡ ਹਾਈਪਰ ਐਕਟਿਵ ਬਣਾਉਗਾ ਤੁਹਾਨੂੰ ਇੰਪਲਸਿਵ ਬਣਾਉਗਾ ਤਾਂ ਉਸ ਕੇਸ ਚ ਯੂ ਆਰ ਸੁਪੋਜ਼ ਟੂ ਯੂਜ਼ ਲੈਸਰ ਆਫ ਦੋਸ ਕਲਰਸ ਸੋ ਕੋਸ਼ਿਸ਼ ਕਰੋ ਕਿ ਨੇ ਲਾਈਫ ਕਲਰ ਸਾਰੇ ਪਾਓ ਬਿਕੋਜ਼ ਲਾਈਫ ਇਸ ਅ ਰੇਨਬੋ ਯੂ ਸ਼ੁਡ ਲਿਵ ਦੈਟ ਵੇ ਬਟ دی ਓਨਲੀ ਥਿੰਗ ਇਜ਼ ਪੇਸਟਲ ਕਲਰਸ ਪਾਓ ਤਾਂ ਕਿ ਤੁਹਾਡਾ ਬਹੁਤ ਜ਼ਿਆਦਾ ਸੈਚੂਰੇਟਿਡ ਕਲਰ ਅਗਰ ਪਾਓਗੇ ਅਗਰ ਕੋਈ इट इज गोइंग टू कॉज जैसे थ्रोट चक्र है इफ यू यूज अगर गले दी प्रॉब्लम है कम्युनिकेशन रिलेटेड प्रॉब्लम है यूज ब्लू कलर वो आटोमैटिकली इट इज गोइंग टू सूद एंड हील एंड लॉजिकली देखो एडवर्टिजमेंट्स विक्स ब्लू कलर दूव परपल कलर की वाई देर इज अ रीजन Hmm. for uh, the you know impact of those colors on your health also. exactly aur aise kar ke jehme amethyst hai wo purple ya bluish color de vich hi aunda hai na te har ek chakra nu jehda heal karn wala crystal hai oda color oh chakra de naal match lazmi karda hai na so jande jande aapan ki suneya daiye jehda ek ek riwayati hundi hai i would just say that you know enjoy life to the fullest but reiki karo ਸੋ ਚੰਗੇ ਲੋਕਾਂ ਨਾਲ ਕਰੋ ਸਿੱਖੋ ਐਂਡ ਆਪਣੇ ਲਾਲ ਵੀ ਯੂ نو ਹੋਣ ਚੰਗਾ ਹੋਣ ਦੋ ਲੋਕਾਂ ਨਾਲ ਵੀ ਆਪਣਾ ਫੋਕਸ ਪੈਸਾ ਹੀ ਕੱਲਾ ਨਾ ਲਾਓ ਯੂ ਹੈਵ ਸੋ ਮੱਚ ਟੂ ਗਿਵ ਬੈਕ ਟੂ ਦ ਸੋਸਾਇਟੀ ਐਂਡ ਆ ਥਿੰਕ ਅਸੀਂ ਲੋਕੀ ਬlesਟ ਹਾਂ ਦੈਟ ਇਫ ਗੋਡ ਹੈਜ਼ ਬlesਟ ਅਸ ਵਿਦ ਦਿਸ ਦਿਸ ਕਾਈਂਡ ਆਫ ਐਨਰਜੀ ਦਿਸ ਕਾਈਂਡ ਆਫ ਆਰਾ ਤੇ ਲੋਕਾਂ ਨੂੰ ਇੰਨੇ ਅਲੱਗ ਤਰੀਕੇ ਨਾਲ ਅਸੀਂ ਮਦਦ ਕਰ ਸਕਦੇ ਹਾਂ ਸੋ ਲੈਟਸ ਮੇਕ ਦਿਸ ਵਰਲਡ ਅ ਬੈਟਰ ਪਲੇਸ ਟੂ ਲਿਵ ਥਰੂ ਯੂ نو better aura better understanding better healing and a productive world ਕਿੰਨੀ ਖੂਬਸੂਰਤ ਗੱਲ ਕਹੀ ਹੈ ਕਿ ਜੇਕਰ ਲੋਕਾਂ ਦਾ ਔਰਾ acha ਹੋਏਗਾ ਆਟੋਮੈਟਿਕਲੀ ਝੂਠ ਨਹੀਂ ਕੋਈ ਬੋਲੇਗਾ ਕ੍ਰਾਈਮ ਦੇ ਵਿੱਚ ਗਿਰਾਵਟ ਆਏਗੀ ਤੁਸੀਂ ਚੰਗਾ ਹੀ ਖਾਓਗੇ ਚੰਗਾ ਹੀ ਬੋਲੋਗੇ ਕਿਸੇ ਨੂੰ ਹਰਟ ਨਹੀਂ ਕਰੋਗੇ ਸੋ ਕੁਲ ਮਿਲਾ ਕੇ ਗੱਲ ਉਥੇ ਹੀ ਆਉਂਦੀ ਹੈ ਕਿ ਜਦੋਂ ਅਸੀਂ ਹੋਸ਼ਪੂਰਨ ਰਹਾਂਗੇ ਨਾ when we use to live in the moment ਤੇ ਉਦੋਂ ਅਸੀਂ ਆਪਣੇ ਵਾਸਤੇ ਚੰਗਾ ਤਾਂ ਕਰਾਂਗੇ ਲੋਕਾਂ ਵਾਸਤੇ ਵੀ ਚੰਗਾ ਚੰਗਾ ਹੀ ਸਿਰਜਾਂਗੇ ਅਸੀਂ ਇੱਕ ਮੱਛਰ ਵੀ ਨਹੀਂ ਮਾਰਾਂਗੇ ਅਸੀਂ ਕਿਸੇ ਨੂੰ ਵੀ ਦੁੱਖ ਨਹੀਂ ਪਹੁੰਚਾਵਾਂਗੇ ਸੋ ਕੁਲ ਮਿਲਾ ਕੇ ਜਿਹੜਾ ਉਹ ਸਾਡੇ ਵਾਸਤੇ ਵੀ ਅੱਛਾ ਹੋਏਗਾ ਔਰ ਲੋਕਾਂ ਵਾਸਤੇ ਵੀ ਅਸੀਂ ਇੱਕ ਬਿਹਤਰ ਜਿਹੜਾ ਸੰਸਾਰ ਉਹ ਸਿਰਜ ਸਕਦੇ ਹਾਂ ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਬੜੀ ਡਿਫਰੈਂਟ ਤਾਂ ਸੀ ਹੀ ਔਰ ਬਰਤਸੀ ਨੂੰ ਪਸੰਦ ਆਈ ਕੀਤਾ ਹੋਏਗਾ ਅਗਲੀ ਮਰਤਬਾ ਪ੍ਰੋਗਰਾਮ ਸਿਲਕੇ ਦੇ ਵਿੱਚ ਕਿਸੇ ਹੋਰ ਡਿਗਨਿਟਰੀ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਾਂਗੇ ਤਦ ਤੱਕ ਲਈ ਮੈਨੂੰ ਗੁੱਡ ਨਾਈਟ ਨੂੰ ਇਜਾਜ਼ਤ ਦਿਓ ਪ੍ਰੋਗਰਾਮ ਇੱਥੇ ਖਤਮ ਕਰਨ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੋ ਅਤੇ ਸ਼ਿਰਕਤ ਕੀਤੀ ਇਸ ਪ੍ਰੋਗਰਾਮ 'ਚ ਤੁਸੀਂ ਦੇਖਦੇ ਰਹੋ ਦਾ ਅਨ ਮਿਊਟ ਬਹੁਤ-ਬਹੁਤ ਧੰਨਵਾਦ